ਦੀਵਾਨ ਬਣਾਇਆ ਹਰ ਫਰਮਾਨ ਕਰਕੇ ਛਾਇਆ ਚੱਲੀ ਜਾਂਦਾ ਬਹੁਤ ਕੁਛ।
ਉਹਨਾਂ ਨੂੰ ਗੱਲ ਸਮਝ ਲੱਗੀ। ਮੈਨੂੰ ਕਹਿੰਦੇ ਵੀ ਮੈਂ ਤਕਲੀਫ ਵਿੱਚ ਬਹੁਤ ਆ, 35 ਲੱਖ ਰੁਪਇਆ ਹਵਨ ਤੇ ਲਾ ਦਿੱਤਾ ਪਰ ਗੱਲ ਨਹੀਂ ਬਣੀ, ਅਜੇ ਬੰਦਾ ਜਿਉਂਦਾ ਜੀ। ਉਹ ਮੈਂ ਵੀ ਹੈਰਾਨ ਹੋਇਆ, ਜਿਹੜੇ ਬੰਦੇ ਨੇ 35 ਲੱਖ ਹਵਨ ਤੇ ਲਾਇਆ ਉਹਦੀ ਮੰਗ ਪਤਾ ਨੀ ਕਿੱਡੀ ਵੱਡੀ ਹੋਊ। ਕੀ ਮੰਗ? ਪੰਚਦੂਤ ਤੁਧ ਵਸ ਕੀਤੇ ਕਾਲ ਕੰਟ ਕਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਟ ਪਹਾਗੀਓ ਸਗਲ ਮਨੋਰਥ ਪੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਗੁਰਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਬਿਰੰਗ ਤੇ ਗੁਰੂ ਅਮਰਦਾਸ ਰਾਮਦਾਸ ਹੋਏ ਸਾਜ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜੇ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਧਿਆ ਕਰਨ ਉਹ ਨਿਧ ਆਵੇ ਤਾਏ, ਸਭ ਥਾਈ ਹੋਏ ਸਦਸੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪਿਛਲੇ ਕਈ ਦਿਨਾਂ ਤੋਂ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ, ਜਿਨ੍ਹਾਂ ਵੇਲੇ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਭੋਗ ਪਏ ਨੇ, ਉਪਰੰਤ ਦੁਪਹਿਰ ਦੇ ਦੀਵਾਨ ਸਜਾਏ ਗਏ ਸੱਜੇ ਦੀਵਾਨ ਅੰਦਰ ਸੱਚੇ ਪਾਤਸ਼ਾਹ ਜੀ ਹਰ ਜਸ ਕੀਰਤਨ ਹੋਏ ਸ਼ਬਦ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਸ਼ਬਦ ਵਿਚਾਰਾਂ ਕਰਦੇ ਆ, ਹਰ ਜਸ ਕੀਰਤਨ ਇਕੱਠੇ ਆ ਪਾਠੀ ਸਿੰਗਲ ਪਾਠ ਕਰਦੇ ਹੋਈਆਂ ਭੁੱਲਾਂ ਚੁੱਕਾਂ ਗਲਤੀ ਗਵਾਂ ਬਸ਼ੀ ਨੇ ਅੱਗੇ ਤੁਰਸੋ ਤੇ ਸਪਸ਼ਟ ਗੁਰਬਾਣੀ ਸ਼ਬਦ ਕੀਰਤਨ ਕਰਨਾ ਸ਼ਬਦ ਵਿਚਾਰਾਂ ਕਰਨ ਦਾ ਦਮ ਸ਼ਾਬਾ ਸੱਚੇ ਪਾਤਸ਼ਾਹ ਜੀ। ਉਹ ਵਿਛੜੇ ਹੋਏ ਉਹਨਾਂ ਆਪਣੇ ਚਰਨਾਂ ਕਮਲਾਂ ਪਾ ਸਥਾਨ ਬਖਸ਼ਣ ਆਵਾ, ਗਵਾਂ ਦੇ ਗੇੜ ਤੋਂ ਮੁਕਤੀ ਪਛਾਣੇ ਪਿੱਛੇ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਦਾ ਵੱਲ ਬਖਸ਼ਣਾ, ਘਰ ਵਿੱਚ ਸੁੱਖ ਸ਼ਾਂਤੀ ਅੰਮ੍ਰਿਤਾਣੀ ਸੁੱਖਾਂ ਦਾ ਪ੍ਰਤਾਪ ਕਰਨਾ, ਦੁੱਖਾਂ ਕਲੇਸ਼ਾਂ ਨਾਸ ਤੇ ਕੰਨਾਂ ਦੇ ਅਰੋਗਤਾ ਬਖਸ਼ਣ, ਚੜ੍ਹਦੀ ਕਲਾ ਬਖਸ਼ਣੀਆਂ, ਬਿਰਮਤ ਅਨੁਸਾਰ ਸ਼ੁਭ ਮਨੋਕਾਮਨਾ ਪੂਰਨ ਕਰਨ ਸੱਚੇ ਪਾਤਸ਼ਾਹ ਜੀ। ਉਹ ਇਸ ਵੇਲੇ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਤੇ ਵਾਹ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਪ੍ਰੇਮ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜੁੜੇ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਸ ਜੇ ਪਾਤਸ਼ਾਹ ਉਹਨਾਂ ਨੇ ਇਸ ਸਥਾਨ ਦੇ ਉੱਪਰ ਆਪਣੇ ਮੁਬਾਰਕ ਚਰਨ ਪਾ ਕੇ ਇਸ ਸਥਾਨ ਨੂੰ ਸਰਸਬਜ਼ ਕੀਤਾ। ਐਸੇ ਮਹਾਨ ਸਤਿਗੁਰਾਂ ਦੇ ਇਤਿਹਾਸਕ ਸਥਾਨ ਦੇ ਉੱਪਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਰਭੈ ਸਿੰਘ ਪਿੰਡ ਢਿੱਲਵਾਂ, ਜੋ ਅੱਜ ਸਾਡੇ ਪ੍ਰੇਮ ਸਿੰਘ ਨੰਬਰਦਾਰ ਦਾ ਸ਼ਰਧਾਂਜਲੀ ਸਮਾਗਮ ਹੋ ਰਿਹਾ ਜੀ। ਇਹ ਤਕਰੀਬਨ 67 ਸਾਲ ਪਹਿਲਾਂ ਸਰਦਾਰ ਹਾਕਮ ਸਿੰਘ ਦੇ ਘਰ ਇਹਨਾਂ ਨੇ ਜਨਮ ਲਿਆ। ਉਸ ਤੋਂ ਬਾਅਦ ਇਹ ਵੱਡੇ ਪੁੱਤਰ ਸਨ ਆਪਦੇ ਪਿਤਾ ਦੇ, ਇਹਨਾਂ ਦੇ ਛੋਟੇ ਭਰਾ ਪਾਲ ਸਿੰਘ ਸਨ। ਜਨਮ ਤੋਂ ਬਾਅਦ ਇਹਨਾਂ ਨੇ ਜੋ ਪਿਤਾ ਜੀ ਨਾਲ ਥੋੜ੍ਹੀ ਪੜ੍ਹਾਈ ਕਰਕੇ ਮੋਢੇ ਨਾਲ ਮੋਢਾ ਲਾ ਕੇ ਜੋ ਕੰਮ ਕੀਤਾ ਖੇਤੀ ਦਾ, ਘਰ ਦੀ ਤਰੱਕੀ ਦੀ ਖਾਤਰ ਜਾਂ ਸਮਾਜ ਦੀ ਤਰੱਕੀ ਦੀ ਖਾਤਰ ਬਹੁਤ ਇਹਨਾਂ ਨੇ ਵੱਡਾ ਕੰਮ ਕੀਤਾ। ਇਹਨਾਂ ਦੇ ਭਰਾ ਦੂਸਰੇ ਛੋਟੇ ਸਨ, ਇਹ ਵੱਡੇ ਸੀ। ਪਿਤਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਨਵੀਂ ਮਸ਼ੀਨਰੀ ਖਰੀਦਣੀ ਜਾਂ ਹੋਰ ਖੇਤੀ ਦੇ ਕੰਮ ਸੀ, ਇਹਨਾਂ ਨੇ ਬਹੁਤ ਇਲਾਕੇ ਦੇ ਇੱਕ ਮਾਰਗਦਰਸ਼ਕ ਖੇਤੀ 'ਚ ਬਣੇ। ਅਤੇ ਦੂਸਰੀ ਗੱਲ ਇਹ ਆ ਕਿ ਇਹ ਸਮਾਜ ਸੇਵੀ ਕੰਮਾਂ ਦੇ ਵਿੱਚ ਬੜਾ ਹਿੱਸਾ ਪਾਉਂਦੇ ਸੀ, ਬਹੁਤ ਵੱਧ ਕੇ ਯੋਗਦਾਨ ਪਾਉਂਦੇ ਸੀ। ਸਾਡਾ ਟੂਰਨਾਮੈਂਟ ਹੁੰਦਾ, ਇਹਨਾਂ ਦੇ ਕਾਲਾ ਜੀ ਭਤੀਜਾ ਕਨੇਡਾ ਦੇ ਆਸਟ੍ਰੇਲੀਆ ਦੇ ਵਿੱਚ ਨੇ, ਉਹਨਾਂ ਨੇ ਬਹੁਤ ਪੈਸੇ ਭੇਜਣੇ, ਜਾਂ ਇਹਨਾਂ ਨੇ ਵੀ ਮੋਢੇ ਨਾਲ ਮੋਢਾ ਜੋੜ ਕੇ ਟੂਰਨਾਮੈਂਟ ਕਮੇਟੀ ਦੇ ਵਿੱਚ ਕੰਮ ਕੀਤਾ। ਗੁਰੂ ਘਰ ਦੇ ਸਾਡੇ ਗੁਰਦੁਆਰਾ ਨੌਵੇਂ ਪਾਤਸ਼ਾਹ ਕੋਈ ਕੰਮ ਹੁੰਦੇ, ਇਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਵੀ ਕੰਮ ਦੇ ਵਿੱਚ ਪੂਰੀ ਯੋਗਦਾਨ ਪਾਇਆ। ਔਰ ਸਾਡੇ ਡੇਰਾ ਬਾਬਾ ਖਲਸੇਤਰ ਦਾਸ 'ਚ ਵੀ ਜੋ ਸੇਵਾ ਚੱਲਦੀ ਸੀ, ਜਾਂ ਪਿੰਡ ਦੇ ਹੋਰ ਕੰਮ ਹੁੰਦੇ, ਇਹਨਾਂ ਨੇ ਪੂਰੀ ਕੰਮ ਪੂਰਨ ਸਹਿਯੋਗ ਦਿੱਤਾ। ਸੰਗਤ ਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਰਹੇ ਨੇ ਇਹ ਪਿੰਡ ਨੂੰ। ਤੀਸਰੀ ਗੱਲ ਇਹ ਸੀ ਵੀ ਗਰੀਬਾਂ ਦੇ ਮਸੀਹ ਸੀ ਇਹ। ਗਰੀਬੀ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਲੋੜ ਆਈ, ਜਿਹੜਾ ਵੀ ਇਹਨਾਂ ਦੇ ਦਰ 'ਤੇ ਆਇਆ, ਕਿਸੇ ਨੇ ਇਹਨਾਂ ਨੂੰ ਮੋੜਨ ਨਹੀਂ ਦਿੱਤਾ। ਕਿਸੇ ਨੂੰ ਕੋਈ ਬਿਮਾਰ ਆ ਜਾਂ ਢਿੱਲ ਮੱਠ ਆ ਜਾਂ ਵਿਆਹ ਸ਼ਾਦੀ ਆ, ਕਿਸੇ ਗਰੀਬ ਦੇ ਜਿੰਨਾ ਕੁ ਯੋਗਦਾਨ ਬਣਿਆ ਦਿੱਤਾ। ਅਤੇ ਇੱਕ ਇਹਨਾਂ ਦੇ ਗੁਣ ਸੀ ਸੱਚ ਬੋਲਣਾ ਹਮੇਸ਼ਾ ਵਾਸਤੇ। ਜਿਹੜਾ ਸੱਚ ਬੋਲਦੇ ਸੀ, ਹਰ ਵਕਤ ਸੱਚ ਬੋਲਦੇ ਸੀ, ਕਿਤੇ ਵੀ ਜਾਂ ਪੰਚਾਇਤ 'ਚ ਕੋਈ ਮਸਲਾ ਆਉਣਾ ਜਾਂ ਹੋਰ ਜੋ ਗੱਲ ਕਹਿਣੀ, ਕਿਸੇ ਨੂੰ ਕਿਵੇਂ ਵੀ ਲੱਗਣੀ, ਇਹਨਾਂ ਨੇ ਸੱਚੀ ਗੱਲ ਕਹਿਣੀ ਸੀ। ਸੋ ਇਹਨਾਂ ਦੇ ਜਾਣ ਨਾਲ ਜੋ ਸਾਡੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ, ਸਾਡੇ ਪਿੰਡ ਨੂੰ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਇਲਾਕੇ ਨੂੰ ਪਿਆ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਪ੍ਰੇਮ ਸਿੰਘ ਨੰਬਰਦਾਰ ਸਾਨੂੰ 1955 ਦੇ ਵਿੱਚ ਜਨਮ ਲਿਆ, ਮਾਤਾ ਸਾਹਿਬ ਕੌਰ ਦੇ ਘਰ ਜਨਮ ਲਿਆ, ਪਿਤਾ ਦਾ ਨਾਂ ਸਰਦਾਰ ਹਾਕਮ ਸਿੰਘ। ਸਰਦਾਰ ਪ੍ਰੇਮ ਸਿੰਘ ਜੀ
ਸੇਵਾ ਦੇ ਵਿੱਚ ਬਹੁਤ ਹੀ ਸਮਾਜ ਸੇਵਾ ਦੇ ਵਿੱਚ ਬਹੁਤ ਹੀ ਰੁਚੀ ਰੱਖਦੇ ਸਨ। ਉਹਨਾਂ ਦੇ ਪੁੱਤਰ ਸਤਵਿੰਦਰ ਸਿੰਘ ਵੀ ਜੋ ਕਿ ਹੁਣ ਅਕਾਲੀ ਦਲ 'ਚ ਮੌਜੂਦਾ ਕੰਮ ਕਰ ਰਹੇ ਹਨ, ਉਹ ਵੀ ਇਹ ਸੇਵਾ ਸਮ 'ਚ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਪ੍ਰੇਮੀ ਸਨ ਅਤੇ ਗੁਰੂ ਘਰ ਦੇ ਵਿੱਚ ਜੋ ਸੇਵਾ ਚੱਲਦੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਜੋ ਵੀ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦੀ ਸੀ ਉਹਦੇ 'ਚ ਵੱਧ ਚੜ੍ਹ ਕੇ ਦਾਨ ਵੀ ਦਿੰਦੇ ਸੀ, ਤਨ ਮਨ ਅਤੇ ਧਨ ਨਾਲ ਸੇਵਾ ਕਰਦੇ ਸਨ। ਬਾਬਾ ਕਲਚਿਤ ਦਾਸ ਦੇ ਡੇਰੇ ਨੂੰ ਬਹੁਤ ਹੀ ਜ਼ਿਆਦਾ ਮੰਨਦੇ ਸਨ। ਬਾਬਾ ਨਾਥਾ ਜੀ ਦੇ ਵੀ ਉਹ ਕਮੇਟੀ ਦੇ ਮੈਂਬਰ ਰਹੇ ਹਨ ਅਤੇ ਉਹਨਾਂ ਦੇ ਸਪੁੱਤਰ ਹੁਣ ਵੀ ਸਤਵਿੰਦਰ ਸਿੰਘ ਜੀ ਇਸ ਵਿੱਚ ਹਿੱਸਾ ਲੈਂਦੇ ਹਨ। ਪਰਿਵਾਰ ਨੂੰ ਤਾਂ ਘਾਟਾ ਪੈਣਾ ਸੀ, ਸਾਡੇ ਪਿੰਡ ਔਰ ਇਲਾਕੇ ਨੂੰ ਵੀ ਘਾਟਾ ਪੈ ਗਿਆ ਕਿਉਂਕਿ ਇਹੋ ਜਿਹੇ ਮਹਾਂਪੁਰਸ਼ ਕਦੇ ਹੀ ਜਨਮ ਲੈਂਦੇ ਹਨ ਅਤੇ ਸੇਵਾ ਸੰਤ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖਦੇ ਸਨ। ਕਿਸੇ ਵੀ ਸਰਦਾਰ
ਪ੍ਰੇਮ ਸਿੰਘ ਜੀ ਨੰਬਰਦਾਰ ਪਿਛਲੇ ਦਿਨ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੇ ਘਰ ਵਿੱਚ ਸਹਿਜ ਪਾਠ ਕਰਵਾਏ ਹੋਏ ਸਨ, ਜਿਨ੍ਹਾਂ ਦੀ ਬਾਣੀ ਆਦਿ ਤੋਂ ਲੈ ਕੇ 18-10 ਤੱਕ ਸੰਪੂਰਨ ਹੋਈ ਹੈ। ਅੱਜ ਅੰਮ੍ਰਿਤ ਵੇਲੇ ਭੋਗ ਪਏ ਨੇ, ਭੋਗ ਤੋਂ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਕੀਰਤਨ ਦੀਵਾਨ ਸਜਣ ਲੱਗੇ ਨੇ। ਜਿੰਨੀਆਂ ਵੀ ਸੰਗਤਾਂ ਸੇਵਾ ਕਰ ਰਹੀਆਂ, ਉਹਨਾਂ ਦਾ ਸੇਵਾ ਕਰਨੀ ਕਰਨੀ, ਜਿਹੜੇ ਵੈਸੇ ਖੜੇ ਆ ਦੀਵਾਨ ਬਣਾਇਆ ਹਰ ਫਰਮਾਨ ਕਰਕੇ ਆਇਆ।
Thank you.
ਆਸੇ ਪਾਸੇ ਇਲਾਕੇ ਵਿੱਚ ਤਾਂ ਬਹੁਤ ਜਵਾਨ ਲੱਗ ਚੁੱਕੇ ਹੈ,
ਅਰੇਸ ਪਾਵਨ ਅਸਥਾਨ ਦੇ ਉੱਪਰ ਦਾਸ ਗੁਰੂ ਜੀ ਦੀ ਬਖਸ਼ਿਸ਼ ਸਦਕਾ ਪਹਿਲੀ ਵਾਰ ਪ੍ਰਚਾਰ ਦੀ ਸੇਵਾ ਨਿਭਾ ਰਿਹਾ। ਬਹੁਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਭੈਣਾਂ ਮਾਵਾਂ ਆਪ ਜੀ ਭੇਜੇ ਹੋਏ। ਕਈ ਵਾਰ ਸੰਕੇਤ ਤੋਂ ਕਹੀ ਹੋਈ ਗੱਲ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਫਰਕ ਰਹਿ ਜਾਂਦਾ ਹੈ, ਜਾਂ ਕੋਈ ਨੁਕਤਾ ਸਮਝਾਉਣ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ। ਜਿੰਨੀਆਂ ਵਿਚਾਰਾਂ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਕਰਾਂਗੇ, ਇਹਨਾਂ ਵਿਚਾਰਾਂ ਦੇ ਵਿੱਚੋਂ ਕੋਈ ਵੀ ਨੁਕਤਾ ਆਪ ਜੀ ਨੂੰ ਸਮਝ ਨਾ ਆਵੇ ਤਾਂ ਕਥਾ ਦੀ ਸਮਾਪਤੀ ਤੋਂ ਬਾਅਦ ਬਜ਼ੁਰਗੋ ਜਿਵੇਂ ਤੁਸੀਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੀ ਨੀਂਦ ਵੀ ਵਾਹਿਗੁਰੂ ਦੀ ਐਡੀ ਵੱਡੀ ਦਾਤ ਹੈ। ਪਰ ਇੱਕ ਸੱਜਣ ਮੈਨੂੰ ਮਿਲਿਆ ਤੇ ਉਦੋਂ ਬਾਅਦ ਅੰਦਰੋਂ ਸ਼ੁਕਰਾਨਾ ਨਿਕਲਿਆ ਨੀਂਦ ਵਾਸਤੇ। ਥੋੜੀ ਜਿਹੀ ਗੱਲ ਹੀ ਦੱਸਣੀ ਹੈ, ਪਦਮਪੁਰ ਮੰਡੀ ਦੀ ਗੱਲ ਹੈ ਰਾਜਸਥਾਨ ਦੇ ਵਿੱਚ, ਕਈ ਵਾਰੀ ਵਰਤੀਆਂ ਵੀ ਦੱਸਣੀਆਂ ਪੈਂਦੀ। ਸੱਜਣ ਕਾਫੀ ਆਰਥਿਕ ਪੱਖੋਂ ਮਜ਼ਬੂਤ ਸੀ, ਫੌਰਚੂਨਰ ਗੱਡੀ 'ਚ ਆਇਆ ਸੀਗਾ। ਬਾਅਦ 'ਚ ਮੈਨੂੰ ਆ ਕੇ ਕਹਿਣ ਲੱਗਿਆ, ਭਾਈ ਸਾਹਿਬ ਮੇਰੇ ਨਾਲ ਤੇ ਕੋਈ ਪਾਠ ਕਰਦੇ ਹੋ। ਬੜਾ ਵੱਡਾ ਸੀ, ਕਈ ਫੈਕਟਰੀਆਂ ਦਾ ਮਾਲਕ ਸੀਗਾ। ਮੈਂ ਲੰਮੀ ਨਾ ਗੱਲ ਲਾਉਂ, ਚਲੋ ਮੈਂ ਉਹਨੂੰ ਬੇਨਤੀ ਕੀਤੀ, ਭਾਈ ਸਾਹਿਬ ਬਾਣੀ ਆਪ ਪੜ੍ਹਨ ਵਾਸਤੇ ਹੈ, ਜੇ ਬਿਲਕੁਲ ਅਣਜਾਣ ਹੋ ਤਾਂ ਸਿਆਣੇ ਗੁਰਸਿੱਖਾਂ ਤੋਂ ਬਹਿ ਕੇ ਸ਼ਰਵਣ ਕਰੋ, ਇਹ ਤਾਂ ਮੈਂ ਪਾਠ ਕਰਾਂ ਕੋਈ ਸੁਣੋ ਮੈਂ ਤਾਂ ਤੁਹਾਨੂੰ ਬੈਨੀਫਿਟ ਕੋਈ ਨਹੀਂ ਹੋਣਾ, ਭਾਵੇਂ ਚੱਲੀ ਜਾਂਦਾ ਬਹੁਤ ਕੁਛ। ਉਹਨਾਂ ਨੂੰ ਗੱਲ ਸਮਝ ਲੱਗੀ, ਮੈਨੂੰ ਕਹਿੰਦੇ ਵੀ ਮੈਂ ਤਕਲੀਫ ਵਿੱਚ ਬਹੁਤ ਹਾਂ, 35 ਲੱਖ ਰੁਪਇਆ ਹਵਨ ਤੇ ਲਾ ਦਿੱਤਾ ਪਰ ਗੱਲ ਨਹੀਂ ਬਣੀ, ਅਜੇ ਬੰਦਾ ਜਿਉਂਦਾ ਜੀ। ਉਹ ਮੈਂ ਵੀ ਹੈਰਾਨ ਹੋਇਆ, ਜਿਹੜੇ ਬੰਦੇ ਨੇ 35 ਲੱਖ ਹਵਨ ਤੇ ਲਾਇਆ ਉਹਦੀ ਮੰਗ ਪਤਾ ਨਹੀਂ ਕਿੱਡੀ ਵੱਡੀ ਹੋਊ, ਕੀ ਮੰਗਦਾ ਭਲਾ। ਭੂਮੀ ਵੀ ਦੱਸੇ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿੱਤ ਤਨ ਬਿਰੋ ਨਾ ਉਪਜੈ, ਸੋ ਤਨ ਜਾਣ ਸਾਨ। ਫਿਰ ਤਾਂ ਸ਼ਮਸ਼ਾਨ ਭੂਮੀ ਵਰਗਾ ਸਹੀ। ਸੋ ਇਸ ਲਈ ਇਹ ਸਰੀਰ ਨੂੰ ਪੁੱਛੀਏ, ਜੇ ਤਾਂ ਪਿਆਰੇ ਉਹ ਸੁਰਤ ਸ਼ਬਦ ਨਾਲ ਜੁੜ ਗਈ, ਉਲਝਣਾ ਨਹੀਂ, ਸੀਮਤ ਦਾਇਰੇ 'ਚ ਗੱਲ ਕਰ ਰਹੇ ਆਪਾਂ। ਜਿੱਥੇ ਵੀ ਕਿਤੇ ਨਾ ਸਮਝ ਲੱਗ ਗਏ, ਆਪਣਾ ਭਰਾ ਜਾਣ ਕੇ, ਬੱਚਾ ਜਾਣ ਕੇ ਬਾਅਦ 'ਚ ਪੁੱਛ ਕੇ ਜਾਇਓ ਪਾਓ। ਸੁਰਤ ਸ਼ਬਦ ਨਾਲ ਜੁੜ ਗਈ, ਸਰੀਰ ਧਨ ਹੋ ਗਿਆ। ਜੇ ਸੁਰਤ ਸ਼ਬਦ ਨਾਲ ਨਾ ਜੁੜੀ ਫਿਰ ਸਰੀਰ ਦਾ ਕੀ ਹਾਲ ਹੈ, ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ। ਫਿਰ ਤਾਂ ਪਦਾਰਥਵਾਦ ਦੀ ਰੰਗਾਂ ਦੇ ਵਿੱਚ ਹੀ ਮਸਤ ਹੋ ਜਾਂਦਾ ਹੈ। ਦੇਖਿਆ ਦੇਖਿਆ ਸੁਣੈ ਬੋਲੈ ਦੌੜੇ ਉਹ ਫਿਰਤ ਹੈ ਰਹਾਓ। ਵੇਖਣਾ ਦੌੜਨਾ ਫਿਰਨਾ ਬੋਲਣਾ ਗੁਨਾਹ ਨਹੀਂ, ਪਰ ਫਰਕ ਕੀ ਪਿਆ, ਫਰਕ ਕੀ ਪੈ ਗਿਆ ਜੇ ਬਾਣੀ ਨਾਲ ਨਾ ਜੁੜੇ, ਫਰਕ ਕੀ ਰਹਿੰਦਾ। ਅਕਸਰ ਲੋਕ ਵੀ ਤੁਹਾਨੂੰ ਪੁੱਛਦੇ ਹੋਏ ਵੀ ਨਾਲ ਗੱਲ ਸਿੱਖ ਲਈ, ਆਪਾਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਬਾਣੀ ਦੀ ਵਿਚਾਰ ਨਾਲ ਜੁੜਦੇ ਹਾਂ, ਕਈ ਵਾਰੀ ਆਂਢੀ ਗੁਆਂਢੀ ਪੁੱਛਦੇ ਆ ਬਈ ਗੁਰਦੁਆਰੇ ਕੀ ਲੈ ਕੇ ਆਏ, ਪੁਰਾਣੇ ਮੋਦੀ ਰਾਤ ਆਇਆ ਦੀਵਾਨ ਸੁਣ ਕੇ ਪੁੱਛਦੇ ਨੇ ਲੋਕ ਕੀ ਮਿਲ ਗਿਆ ਗੁਰਦੁਆਰੇ, ਸ਼ਬਦ ਦੀ ਵਿਚਾਰ ਵਿੱਚੋਂ ਕੀ ਮਿਲ ਗਿਆ। ਹੁਣ ਕੋਈ ਪਿਆਰੇ ਹੋ ਏਦਾਂ ਦੀ ਅਸਥੂਲ ਚੀਜ਼ ਤਾਂ ਇੱਥੋਂ ਨਹੀਂ ਮਿਲਣੀ, 50 ਕਿਲੋ ਦਾ ਸੇਬ ਇੱਥੋਂ ਮਿਲਣਾ ਹੋਵੇ, ਤੁਸੀਂ ਆਪਣੀ ਜਾ ਕੇ ਗੁਆਂਢੀਆਂ ਖਾ ਲਓ ਵੀ ਦੇਖ ਲੈ ਕਿਹੋ ਜਿਹਾ ਸੇਬ ਮਿਲਿਆ ਗੁਰਦੁਆਰੇ, ਕਿਹੜਾ ਬਾਕੀ ਦੁਕਾਨਾਂ ਦੇ ਮਿਲਦੇ, ਇੱਥੋਂ ਮਿਲਦਾ ਕੀ ਹੈ ਧਿਆਨ ਦੱਸੋ। ਜੇ ਆਪਾਂ ਕਹਾਂਗੇ ਕਿ ਅਸੀਂ ਤਾਂ ਗੁਰਬਾਣੀ ਨਾਲ ਜੁੜਦੇ ਹਾਂ, ਗੁਰੂ ਨੇ ਸਾਨੂੰ ਰੋਟੀ ਦਿੱਤੀ, ਸਾਨੂੰ ਸਾਹ ਦਿੱਤਾ, ਸਾਨੂੰ ਸਰੀਰ ਦਿੱਤਾ, ਸਭ ਕੁਛ ਦਿੱਤਾ, ਇਹ ਤਾਂ ਗੁਰਮੁਖਾਂ ਵਾਲੀ ਚੰਗੀ ਗੱਲ ਹੈ, ਪਰ
ਪਰ ਇਹ ਸਭ ਕੁਛ ਤਾਂ ਉਹਨਾਂ ਲੋਕਾਂ ਕੋਲ ਵੀ ਹੈ ਜਿਹੜੇ ਰੱਬ ਨੂੰ ਗਾਲਾਂ ਦਿੰਦੇ ਸੀ। ਆਪਾਂ ਸਾਹ ਲੈਂਦੇ ਗੁਰੂ ਦਾ ਸ਼ੁਕਰ ਕਰੀਏ ਰੋਖਾ ਵਾਲੀ ਦਿੱਤੀ, ਪਰ ਜਿਹੜੇ ਰੱਬ ਨੂੰ ਸਵੇਰ ਉੱਠ ਕੇ ਗਾਲਾਂ ਦਿੰਦੇ ਆ ਉਹ ਸਾਹ ਨਹੀਂ ਲੈਂਦੇ, ਰੋਟੀ ਤਾਂ ਉਹ ਵੀ ਖਾਂਦੇ ਆ, ਝਾਕਦੇ ਤਾਂ ਉਹ ਵੀ ਨੀ ਅੱਖਾਂ ਉਹਨਾਂ ਕੋਲ ਹੈਗੀਆਂ ਨਹੀਂ, ਨਾਸਤਰਾਂ ਕੋਲ ਵੀ ਅੱਖਾਂ, ਫਿਰ ਗੁਰੂ ਕੋਲੋਂ ਕੀ ਮਿਲਦਾ? ਸੋਇਓ ਧਿਆਨ ਨਾਲ, ਝਾਕਦੇ ਤਾਂ ਸਾਰੇ ਨੇ ਪਰ ਝਾਕਣਾ ਕਿਵੇਂ ਹੈ? ਇਹ ਅਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੀ ਮਿਲਦਾ? ਗੁਰੂ ਤੋਂ ਇੱਕ ਨਜ਼ਰੀਆ ਮਿਲਦਾ, ਗੁਰੂ ਤੋਂ ਇੱਕ ਦ੍ਰਿਸ਼ਟੀਕੋਣ ਮਿਲਦਾ। ਸੁਣਦੇ ਤਾਂ ਸਾਰੇ ਨੇ ਪਰ ਸੁਣਨਾ ਕੀ ਹੈ ਇਹ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੱਗਦਾ। ਬੋਲਦੇ ਤਾਂ ਸਾਰੇ ਨੇ ਪਰ ਬੋਲਣਾ ਕੀ ਹੈ? ਜਿਉਂਦੇ ਤਾਂ ਸਾਰੇ ਨੇ ਪਰ ਜਿਉਣ ਦਾ ਮਕਸਦ ਕੀ ਹੈ ਇਹ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੱਗਦਾ ਹੈ। ਜਿਹਨਾਂ ਬਾਣੀ ਨਾਲ ਨਹੀਂ ਜੁੜਦਾ ਪਸ਼ੂਆਂ ਵਾਂਗ ਜ਼ਿੰਦਗੀ ਜਿਉਂਦੇ, ਖਾ ਪੀ ਕੇ ਬਸ ਤੁਰ ਕੇ ਚਲਾ ਕੇ ਭੋਗ ਕੇ। ਇਸੇ ਲਈ ਪੰਜਮ ਪਾਤਸ਼ਾਹ ਨੇ ਕਿਹਾ ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ ਗੁਰੂ ਬਿੰਟੋ ਹੋ ਵਾਲਿਆ ਜਿਸ ਮਿਲ ਬੋਲੇ ਨਾਮ ਧਾਰੀ ਝੂਠੇ ਸੰਸਾਰ
ਕਿ ਸੁਹਾਗਾਂ ਦੀ ਮਾਂ ਦਾਦਾ ਪਿਓ ਇਹ ਸਭ ਝੂਠੇ ਸਨ। ਧਿਆਨ ਨਾਲ ਸਮਝਿਓ ਕਿਰਪਾ ਕਰ ਰਹੰਤ ਸੰਗ ਨਾਲ ਕਿਹਨੇ ਜੁੜਿਆ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲੱਭ ਦੇ ਅਚੋਤ ਬਾਣੀ ਦੇ ਵਿੱਚ ਰਿਸ਼ਤੇ ਨਾਤਿਆਂ ਨੂੰ ਝੂਠੇ ਦੱਸਿਆ। ਇਹਦਾ ਮਤਲਬ ਜਿੰਨੇ ਮੇਰੇ ਨੌਜਵਾਨ ਭਰਾ ਬੈਠੇ ਮੇਰੀਆਂ ਭੈਣਾਂ ਜੇ ਮੈਂ ਇੰਨੀ ਗੱਲ ਕਹਿ ਕੇ ਚਲਾ ਜਾਵਾਂ ਫਿਰ ਲੱਗੂਗਾ ਵੀ ਮਾਂ ਬਾਪ ਦੀ ਕੀ ਸੇਵਾ ਕਰਨ ਦੀ ਲੋੜ ਹੈ। ਇੱਦਾਂ ਹੀ ਦੱਸਵਾ ਦਿੱਤਾ ਵੀ ਕਾਹਦੀ ਮਾਂ ਕਾਹਦਾ ਪਿਓ ਝੂਠੇ ਨੇ। ਕੀ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਮਾਂ ਬਾਪ ਨੂੰ ਛੱਡ ਕੇ ਫਿਰ ਜੰਗਲਾਂ 'ਚ ਜਾ ਕੇ ਟਿਕਾਣਾ ਬਣਾਵਾਂ। ਮੇਰੇ ਗੁਰੂ ਜੀ ਜਾਨ ਵੀ ਨਹੀਂ ਦਿੰਦੇ, ਆਵਾਜ਼ ਮਾਰਦੇ ਆ ਕਾਹੇ ਨੇ ਮਨ ਖੋਜ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਕਹਿੰਦੇ ਪੁੱਤ ਨਹੀਂ ਜਾਣਦਾ ਜਿਹਨੂੰ ਲੱਭਣ ਚੱਲੇ ਉਹ ਤੇਰੇ ਅੰਦਰ। ਤੁਸੀਂ ਪਾਤਸ਼ਾਹ ਬਾਣੀ ਚ ਕਹਿ ਰਹੇ ਕਾਕੀ ਮਾਈ ਕਾਕੋ ਬਾਪ ਨਾਮ ਧਰੀ ਝੂਠੇ ਸੰਸਾਕੇ ਰਿਸ਼ਤੇ ਝੂਠੇ ਹੈ। ਕਹਿੰਦੇ ਪੁੱਤ ਆਹ ਵਚਨ ਵੀ ਨਾਲ ਪੜ੍ਹ ਲੈ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦੀ। ਜੇ ਬਾਣੀ ਨੂੰ ਉਪਰੋਂ ਉਪਰੋਂ ਪੜਾਂਗੇ ਭੁਲੇਖਾ ਪੈ ਜੂ। ਇੱਕ ਪਾਸੇ ਤਾਂ ਕਹਿੰਦੇ ਰਿਸ਼ਤੇ ਨਾਤੇ ਝੂਠੇ ਹੈ ਤੇ ਮਹਾਰਾਜ ਇਹ ਵੀ ਕਹਿੰਦੇ ਵੀ ਰਿਸ਼ਤੇ ਨਾਤੇ ਬਣਾਏ ਰੱਬ ਨੇ। ਗੱਲ ਸੀ ਕੀ ਬਣੀ ਬੰਦਾ ਜਾਵੇ ਕਿੱਧਰ ਧਿਆਨ ਨਾਲ ਨੋਟ ਕਰੇ। ਰਿਸ਼ਤੇ ਨਾਤੇ ਝੂਠੇ ਦਾ ਭਾਵ ਹੈ ਪਿਆਰੇ ਉਹ ਤੇ ਰਿਸ਼ਤੇ ਨਾਤੇ ਸਦਾ ਨਹੀਂ ਨਿਭਣੇ। ਇੱਕ ਉਦਾਹਰਣ ਦੇਣ ਲੱਗਿਆ ਤੁਸੀਂ ਜਵਾਬ ਦਿਓ ਸਾਰੇ ਪਿੰਡ। ਵੇਖੋ ਸੌਖੀ ਗੱਲ ਹੈ ਅੱਜ ਆਪਾਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਕਾਰਬਨ ਡਾਈਆਕਸਾਈਡ ਬਾਹਰ ਕਰਦੇ ਆਪਾਂ ਸਭ ਸਾਹ ਲੈਂਦੇ ਹਾਂ। ਹਾਂਜੀ ਜਵਾਬ ਦਿਓ ਆਪਣਾ ਸਾਹ ਚੱਲਦਾ ਸਭ ਦਾ। ਹਾਂਜੀ ਹੁਣ ਅਗਲਾ ਇੱਕ ਪੁਆਇੰਟ ਨੋਟ ਕਰੋ ਸਾਡਾ ਸਾਹ ਚੱਲਦਾ ਕੀ ਆਪਣਾ ਇਹ ਸਾਹ ਸਦਾ ਚੱਲਦਾ ਰਹਿਣਾ ਨਹੀਂ ਸਦਾ ਨਹੀਂ ਚੱਲਦਾ। ਕੀ ਫਿਰ ਸਾਨੂੰ ਆਪਣਾ ਸਾਹ ਅੱਜ ਹੀ ਬੰਦ ਕਰ ਲੈਣਾ ਚਾਹੀਦਾ। ਪੁੱਤ ਦਵਾਈ ਇੰਨੀ ਮਹਿੰਗੀ ਆਈ ਸੀ ਛੁੱਟੀ ਕਿਉਂ ਜਾਂਦਾ ਬਾਪੂ ਪੁੱਛਦਾ। ਵਾਹਿਗੁਰੂ ਪੁੱਤ ਪੁੱਛਦਾ ਬਾਪੂ ਨੂੰ ਜਦੋਂ ਬਾਪੂ ਦਵਾਈ ਸੁੱਟ ਰਿਹਾ ਸੀ ਨਾ ਕਹਿੰਦਾ ਬਾਪੂ ਦਵਾਈ ਇੰਨੀ ਮਹਿੰਗੀ ਆਈ ਛੁੱਟੀ ਕਿਉਂ ਜਾਂਦਾ। ਕਹਿੰਦਾ ਪੁੱਤ ਜਿੱਦੇ ਦਾ ਤੂੰ ਮੇਰਾ ਹਾਲ ਚਾਲ ਪੁੱਛਣ ਲੱਗਿਆ ਮੈਂ ਬਿਲਕੁਲ ਠੀਕ ਠਾਕ ਹੋ ਗਿਆ। ਸਾਡੇ ਵਿੱਚ ਵੀ ਬਜ਼ੁਰਗ ਭੇਜੇ ਹੋਣੇ ਦਵਾਈ ਕਾਹਦੀ ਚੱਲਦੀ। ਹਾਂਜੀ ਦਵਾਈ ਕਾਹਦੀ ਚੱਲਦੀ ਬਹੁਤੇ ਬਜ਼ੁਰਗਾਂ ਦੀ ਟੈਨਸ਼ਨ ਦੀ ਤੇ ਚਿੰਤਾ ਕਾਹਦੀ ਹੈ ਜੀ ਜਿਹੜੀਆਂ ਔਲਾਦਾਂ ਵਾਸਤੇ ਖੂਨ ਪਸੀਨਾ ਟੇਕ ਕੀਤਾ ਉਹ ਔਲਾਦਾਂ ਦੇ ਕਹਿਣੇ ਤੋਂ ਬਾਹਰ ਹੋ ਗਏ ਇਹੀ ਟੈਨਸ਼ਨ ਕੋਈ ਖਰਚਾ ਨਹੀਂ। ਐਸੇ ਹਾਲਾਤ ਇੱਦਾਂ ਦੇ ਬਣੇ ਗੱਲਾਂ ਦੱਸਣੀਆਂ ਪੈਂਦੀਆਂ ਬਣਦੀਆਂ ਮੈਂ ਕਿਸੇ ਥਾਂ ਤੇ ਪ੍ਰਚਾਰ ਦੀ ਸੇਵਾ ਇੱਦਾਂ ਨਿਭਾ ਰਿਹਾ। ਮਾਂ ਬਾਪ ਦੀ ਕਦਰ ਦੀ ਗੱਲ ਕੀਤੀ ਬਾਣੀ ਵਿੱਚੋਂ ਇੱਕ ਬਜ਼ੁਰਗ ਬੇਬੇ ਮੈਨੂੰ ਮਿਲੀ ਅੱਖਾਂ 'ਚ ਪਾਣੀ ਭਰਿਆ ਬੜਾ ਹੈਰਾਨ ਹੋ ਗਿਆ ਕਮਾਲ ਦੀ ਗੱਲ। ਉਹ ਮਾਤਾ ਹੱਥ ਵੱਟ ਕੇ ਖੜੀ ਸੀ ਕਹਿੰਦੀ ਪੁੱਤ ਮਾਂ ਬਾਪ ਦੇ ਕਦਰ ਦੀਆਂ ਤੂੰ ਕਿਹੜੀਆਂ ਗੱਲਾਂ ਕਰਦਾ ਕਿਉਂਕਿ ਮਾਤਾ ਨੂੰ ਗੱਲ ਲੱਗੀ ਉਹਨੂੰ ਤਕਲੀਫ ਕਹਿੰਦੀ ਇੱਕ ਦਿਨ ਮੈਂ ਤਪੀ ਹੋਈ ਨੇ ਕਹਿਤਾ ਯਾਦ ਰੱਖਿਓ ਮੇਰੇ ਵੀਰੋ ਮਾਂ ਬਾਪ ਕਦੇ ਵੀ ਆਪਾਂ ਨੂੰ ਮਿਹਣਾ ਨਹੀਂ ਦਿੰਦੇ ਜਦੋਂ ਜਾਵੇ ਦਿਖਾਉਂਦੇ ਦੁਖੀ ਕਰਦੇ ਕਦੇ ਕਹਿ ਵੀ ਦਿੰਦੇ ਤਪੇ ਤੂੰ ਬਹੁਤਾ ਆਇਆ ਤੇਰਾ ਗੰਦਾ ਜੇ ਨੌਹ ਚੋਂ ਨਹੀਂ ਨਿਕਲੇ ਤਪੇ ਹੋਏ ਵਹਿੰਦੇ। ਕਹਿੰਦੀ ਪੁੱਤ ਇੱਕ ਦਿਨ ਮੈਂ ਤਪੇ ਹੋਈ ਨੇ ਕਹਿਤਾ ਕਿਉਂਕਿ ਕਈ ਘਰਾਂ 'ਚ ਬੈਨ ਲੱਗ ਗਿਆ ਜਿਹੜੀ ਬੇਬੇ ਨੇ ਜਨਮ ਦਿੱਤਾ ਉਹ ਮੇਰੇ ਕਮਰੇ 'ਚ ਨਹੀਂ ਵੜ ਸਕਦੀ
ਕਿਉਂਕਿ ਉਹਦੇ ਪੈਰ ਲਿਬੜੇ ਹੁੰਦੇ ਨਾ, ਹੁਣ ਸਫਾਈ ਆਪਾਂ ਬਹੁਤੀ ਰੱਖਦੇ ਹਾਂ, ਇੱਦਾਂ ਦੇ ਹਾਲਾਤ ਬਣ ਗਏ। ਇੱਕ ਦਿਨ ਬੇਬੇ ਕਹਿੰਦੀ ਮੈਂ ਤਪੀ ਹੋਈ ਨੇ, ਕਹਿਤਾ ਕਿ ਪੁੱਤ ਅੱਜ ਤੈਨੂੰ ਮੇਰੇ ਚੋਂ ਮੁਸ਼ਕ ਆਉਂਦਾ, ਬਹੁਤ ਆਇਆ ਸਫਾਈਆਂ ਵਾਲਾ ਕਮਰੇ 'ਚ ਨਹੀਂ ਵੜਨ ਦਿੰਦਾ, 9 ਮਹੀਨੇ ਮੇਰੇ ਪੇਟ ਵਿੱਚ ਰਿਹਾ ਤੂੰ। ਅੱਗੋਂ ਜਵਾਬ ਉਹ ਮਾਤਾ ਰੋ ਕੇ ਮੈਨੂੰ ਦੱਸਦੀ ਸੀ, ਐਡੇ ਢੀਠ ਔਲਾਦ ਵੀ ਹੁੰਦੀ ਹੈ, ਕਹਿੰਦਾ ਬੇਬੇ 9 ਮਹੀਨੇ ਵਾਲਾ ਵਿਹਣਾ ਮੈਨੂੰ ਨਿੱਤ ਨਾ ਦੇਈ, ਅੱਜ ਹੀ ਦੱਸ ਦੇ ਕਰਾਇਆ ਕਿੰਨਾ ਲੱਗਣਾ, ਇਹੋ ਜਿਹੀ ਵੀ। ਸੋ ਇਸ ਲਈ ਇੱਥੇ ਬੇਨਤੀ ਕਰਾਂ ਕਿ ਬਾਣੀ ਨਾਲ ਜੁੜ ਕੇ ਅਸੀਂ ਮਾਂ ਬਾਪ ਦੀ ਕਦਰ, ਜਦੋਂ ਵੇਖੋ ਰਿਸ਼ਤੇ ਨਾਤੇ ਤਾਂ ਨਿਭਾਉਣੇ, ਫਰਕ ਕੀ ਪੈਣਾ, ਨਜ਼ਰੀਆ ਬਦਲਣਾ, ਦ੍ਰਿਸ਼ਟੀਕੋਣ ਬਦਲਣਾ, ਇਹ ਲੱਗਣਾ ਵਾਹਿਗੁਰੂ ਜੀ ਬਸ, ਮਾਂ ਦੇ ਵਿੱਚੋਂ ਵੀ ਪਰਮਾਤਮਾ, ਪਿਤਾ ਦੇ ਵਿੱਚੋਂ ਵੀ ਪਰਮਾਤਮਾ, ਬਸ ਇਹ। ਤੇ ਜੇ ਬਾਣੀ ਨਾਲ ਨਾ ਜੁੜੇ ਫਿਰ ਕੀ ਹੁੰਦਾ, 5-7 ਪਰਿਵਾਰਕ ਮੈਂਬਰ ਆਪਣੇ ਲੱਗਦੇ ਆ, ਬਾਕੀ ਸਭ ਗਾਂਧੀ। ਇਹ ਤਾਂ ਬਾਣੀ ਨਾਲ ਜੁੜ ਕੇ ਗੁਰੂ ਕਹਿ ਰਹੇ, ਏਕ ਪਿਤਾ ਏਕ ਸਕੇ ਹਮਵਾਰ, ਅਸੀਂ ਸਾਰੇ ਇੱਕ ਦੇ ਬੱਚੇ। ਤੇ ਜੇ ਬਾਣੀ ਨਾਲ ਨਾ ਜੁੜੇ ਫਿਰ 5-7 ਆਪਣੇ ਲੱਗਦੇ, ਬਸ ਬਾਕੀ ਸਭ ਗਾਂਧੀ। ਕਹਾਣੀ ਤੁਸੀਂ ਸੁਣੀ ਹੋਣੀ, ਕਾਨੂੰਨ ਪਾਤਸ਼ਾਹ ਦਾ ਨਾਂ ਸੁਣਿਆ ਨਾ ਸਭ, ਹਾਂਜੀ ਇੱਕ ਜਵਾਬ ਦੇ ਦਿਓ, ਸੌਖੀਆਂ ਗੱਲ ਸਮਝ ਆ। ਕਾਨੂੰਨ ਨੇ ਕਹਿੰਦੇ ਮੁਰਦਿਆਂ ਦੇ ਮੂੰਹ ਚੋਂ ਵੀ ਸਿੱਕੇ ਕੱਢੇ ਸੀ, ਜਵਾਬ ਦਿਓਗੇ ਤੁਸੀਂ ਭੈਣ ਭਰਾ ਸਾਰੇ, ਉਹਨੇ ਕੰਮ ਚੰਗਾ ਕੀਤਾ ਜਾਂ ਮਾੜਾ ਜੀ, ਬੋਲ ਕੋਈ ਗੱਲ ਨਹੀਂ ਸਮਝ ਆ। ਕਾਨੂੰਨ ਬਾਦਸ਼ਾਹ ਨੇ ਮੁਰਦੇ ਦੇ ਮੂੰਹ ਚੋਂ ਵੀ ਸਿੱਕੇ ਕੱਢ ਲਏ, ਗੱਲ ਕੰਮ ਚੰਗਾ ਕੀਤਾ ਜਾਂ ਮਾੜਾ, ਹਾਂਜੀ ਜੇ ਚੁੱਪੋ ਤਾਂ ਸਹਿਮਤ ਹੋ ਵੀ ਠੀਕ ਹੈ ਚੱਲੀ ਜਾ। ਕਾਨੂੰਨ ਨੇ ਮੁਰਦੇ ਦੇ ਮੂੰਹ ਚੋਂ ਵੀ ਸਿੱਕੇ ਕੱਢੇ, ਪਿਆਰੇ ਉਹ ਕੰਮ ਚੰਗਾ ਕੀਤਾ ਜਾਂ ਮਾੜਾ, ਬੋਲ ਬੋਲਣਾ ਇਹ ਸਿੱਧਾ ਜਿਹਾ ਤਰੀਕਾ ਪ੍ਰਚਾਰ, ਮਾੜਾ ਹੈ ਸਿੱਧੀ ਗੱਲ। ਅੱਛਾ ਇੱਕ ਬੇਨਤੀ ਮੈਂ ਕਰਨੀ, ਜੇ ਉਹ ਕਾਨੂੰਨ ਮੁਰਦਿਆਂ ਦੇ ਮੂੰਹ ਚੋਂ ਸਿੱਕੇ ਕੱਢਣ ਦੀ ਥਾਂ ਤੇ ਇੱਕ ਇੱਕ ਸਿੱਕਾ ਹੋਰ ਪਾ ਦਿੰਦਾ ਮੁਰਦਿਆਂ ਦੇ ਮੂੰਹ ਚ, ਇਹਦੇ ਨਾਲ ਮੁਰਦੇ ਨੂੰ ਕੋਈ ਲਾਭ ਹੋ ਜਾਣਾ ਸੀਗਾ ਜੀ ਨਾ, ਜੇ ਉਹਨੇ ਮੁਰਦੇ ਦੇ ਮੂੰਹ ਚੋਂ ਸਿੱਕਾ ਕੱਢ ਲਿਆ, ਨੁਕਸਾਨ ਹੋਇਆ ਮੁਰਦੇ ਦਾ, ਨੁਕਸਾਨ ਹੋ ਗਿਆ, ਮਾੜਾ ਆਪਾਂ ਕਹਿਣਾ ਕਿ ਉਹਦੀ ਬਿਰਤੀ ਮਾੜੀ। ਮੈਂ ਕਹਿਣਾ ਸਿਰਫ ਇੰਨੀ ਗੱਲ ਚਾਹੁੰਦਾ ਪਿਆਰਿਓ, ਕਾਨੂੰਨ ਤਾਂ ਮੁਰਦਿਆਂ ਦੇ ਮੂੰਹ ਚੋਂ ਵੀ ਸਿੱਕੇ ਕੱਢ ਕੇ ਮਾੜਾ, ਅੱਜ ਬੰਦਾ ਜਿਉਂਦਿਆਂ ਦੇ ਮੁਰਗੀਆਂ ਕੱਢੀ ਜਾਂਦਾ, ਮੂੰਹ ਚੋਂ ਮੁਰਗੀਆਂ ਕੱਢਣ ਤੱਕ ਜਾਂਦਾ, ਤੇ ਕਾਨੂੰਨ ਨੂੰ ਮਾੜਾ ਕੀ ਆਪਾਂ ਜਿਹੜਾ ਗਰੀਬਾਂ ਨੂੰ ਸਿਰ ਨੀਵਾ ਕਰਦੇ। ਇਸ ਲਈ ਗੁਰੂ ਜੀ ਸਮਝਾਉਂਦੇ ਆ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਰ ਵਿਅਕਤਨ ਕਸਨਾ ਦਾਤ ਚੂ ਸ਼ਬਦ ਤਕਵੀਰ। ਜਦੋਂ ਤੇਰਾ 16 ਸਾਹਿਬ ਪੜਿਆ ਜਾਣਾ ਸੱਜਣਾ, ਨੋਟ ਕਰੀ, ਜਿਹਨਾਂ ਵਾਸਤੇ ਕਰਦਾ ਫਿਰਦਾ ਇਹਦਾ ਫਿਰੀ ਨਾਲ ਦੀ ਨਿਮਣਾ ਕਰੀ। ਜਦੋਂ ਜਨਾਜਾ ਨਮਾਜ਼ ਇਸਲਾਮ 'ਚ ਪੜ੍ਹਦੇ ਆਪਾਂ 16 ਸਾਹਿਬ ਦਾ ਵਰਤਦੇ ਹਾਂ, ਸਮਝ ਸਕਦੇ। ਇਸ ਲਈ ਗੁਰੂ ਜੀ ਸਾਨੂੰ ਜਗਾ ਰਹੇ ਨੇ, ਜਿਹਨਾਂ ਦੀ ਯਾਦ ਜਿਹਨਾਂ ਦੇ ਸਥਾਨ ਤੇ ਬੈਠੇ, ਇਤਿਹਾਸਕ ਸਥਾਨ ਤੇ, ਫਿਰ ਤੋਂ ਪੜ੍ਹਿਓ ਸ਼ਬਦ ਕੋਲ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ ਰਹਾ, ਮਾਤ ਪਿਤਾ ਸੁੱਤ ਬੰਦ ਹਿੱਤ ਜਾਸੋ ਕੀਨਾ, ਜੀਓ ਛੁੱਟਿਓ ਜਬ ਦੇ ਤੇ ਡਾਲ ਅਗਨ ਮੈਂ, ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਲ ਸੁਣ। ਇਸੇ ਤਰ੍ਹਾਂ ਸਾਨੂੰ ਰਵਿਦਾਸ ਸਾਹਿਬ ਮਹਾਰਾਜ ਗਾ ਰਹੇ, ਜਿਹੜਾ ਪ੍ਰਸ਼ਨ ਪੜ੍ਹ ਰਹੇ, ਕਿਆ ਤੂੰ ਸੋਇਆ ਜਾਗ ਏ ਅੰਨਾ, ਕਹਿੰਦੇ ਜਾਗ ਤੇਰੇ ਸੁਰ ਤੋਂ ਤੇ ਪਦਾਰਥਵਾਦ ਦੀ ਨੀਂਦ ਪਈ, ਮੈਂ ਮੇਰੀ ਨੀਂਦ ਪਈ, ਤੈ ਜੀਵਨ ਜਗ ਸੱਚ ਕਰ ਜਾਂਦਾ, ਇਸ ਜਗਤ ਵਿੱਚ ਮਿਲੇ ਜੀਵਨ ਨੂੰ ਤੂੰ ਸਦੀਵੀ ਸਮਝ ਬੈਠੇ ਹੈ, ਸੱਚ ਜਾਣੀ ਆਪਾਂ ਜਿੰਨੇ ਭੈਣ ਭਰਾ ਬੈਠੇ ਹਾਂ
ਆਪੋ ਆਪਣੇ ਮਨਾਂ 'ਚ ਨਿਗਾਹ ਮਾਰਨੀ ਪੈਂਦੀ ਹੈ। ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੰਨੀਆਂ ਦੇ ਅਰਥੀਆਂ ਦੇ ਕਾਨੀ ਲੱਗੀਆਂ ਨਾ, ਕਿੰਨੀਆਂ ਦੇ ਸੱਥਾਂ 'ਤੇ ਜਾ ਕੇ ਅਫਸੋਸ ਕੀਤਾ, ਕਿੰਨੀਆਂ ਭੋਗਾਂ 'ਤੇ ਗਏ, ਮੇਰੇ ਵਰਗੀਆਂ ਕਿੰਨੀਆਂ 'ਤੇ ਕਥਾ ਵੀ ਕਰਤੀ ਜਾ ਕੇ ਸਮਾਗਮਾਂ ਅੰਤਮ ਅਰਦਾਸ। ਪਰ ਮਨ ਏਡਾ ਬੇਈਮਾਨ ਹੈ, ਕਦੇ ਆਪਣੇ ਆਪ ਨੂੰ ਕਬੂਲ ਹੀ ਨਹੀਂ ਕਰਦਾ ਵੀ ਮੈਂ ਵੀ ਏਦਾਂ ਜਾਣਾ ਹੈ। ਆਪਾਂ ਜਵਾਨੀ ਕਲਾਮੀ ਗੱਲਾਂ ਸਾਰੇ ਕਰਦੇ ਹਾਂ, ਵੇਖੋ ਅੱਜ ਮੈਂ ਵੀ ਇੱਥੇ ਰਹਿ ਕੇ ਕਹਿੰਦਾ ਭਾਈ ਮੌਤ ਤਾਂ ਸਭ ਨੂੰ ਹੋਣੀ ਹੈ ਹਨਾ, ਪਰ ਸਾਡੀ ਸੁਰਤ ਨੇ ਇਹ ਗੱਲ ਮਹਿਸੂਸ ਨਹੀਂ ਕੀਤੀ। ਸਮਝ ਰਹੇ ਹੋ? ਠੀਕ ਹੈ, ਜੇ ਇਹ ਗੱਲ ਮਹਿਸੂਸ ਕੀਤੀ ਹੋਣੀ ਕਿ ਮੈਂ ਇੱਥੋਂ ਜਾਣਾ ਹੈ, ਫਿਰ ਮੈਂ ਠੱਗੀਆਂ ਚੋਰੀਆਂ ਬੁਰੇ ਕੰਮ ਕਿਵੇਂ ਕਰ ਸਕਦਾ? ਮਹਾਤਮਾ ਬੁੱਧ ਜੀ ਨੇ ਸਿਰਫ ਇੱਕੋ ਅਰਥ ਹੀ ਵੇਖੀ ਸੀ ਕਿ ਨਹੀਂ? ਹਿਸਟਰੀ ਲੰਮੀ ਨਹੀਂ ਆਪਾਂ ਕਹਿ ਰਹੇ, ਇੱਕ ਅਰਥ ਹੀ ਵੇਖ ਕੇ ਜੀਵਨ ਬਦਲ ਗਿਆ। ਕਹਿੰਦੇ ਆਹ ਕੀ ਬੰਦੇ ਨੂੰ ਪਾਈ ਜਾਂਦੇ ਹਨ? ਕਹਿੰਦੇ ਬੰਦਾ ਮਰ ਗਿਆ, ਖਤਮ ਹੈ, ਏਦਾਂ ਸਾਰੇ ਮਰਨਾ ਹੈ। ਅੱਛਾ, ਇੱਕ ਅਰਥ ਹੀ ਵੇਖ ਕੇ ਮਹਾਤਮਾ ਬੁੱਧ ਦਾ ਜੀਵਨ ਬਦਲ ਗਿਆ। ਇੱਥੇ ਕਈ ਅਰਥੀਆਂ ਦੇ ਕੰਨ ਹੀ ਲੱਗੇ ਆ, ਪਰ ਕੋਈ ਬੰਦ ਤੇ ਫਰਕ ਹੀ ਨਹੀਂ ਪੈਂਦਾ। ਉਹ ਵੀ ਫਿਰ ਠੱਗੀਆਂ, ਫਿਰ ਚੋਰੀਆਂ, ਫਿਰ ਬੁਰੇ ਕੰਮ, ਜਿੱਥੇ ਨਾਲ ਲੱਗਦਾ ਲਾਉਣ ਨੂੰ ਫਿਰਦੇ ਯਾਰ, ਇਸੇ ਤਰ੍ਹਾਂ ਇੱਦਾਂ ਹੀ ਚੱਲਦੀ ਆ। ਜਿਵੇਂ ਆਪਾਂ ਅੱਜ ਗੱਲਾਂ ਕਰਾਂਗੇ, ਜਿਵੇਂ ਮੈਂ ਬਹਿ ਕੇ ਕਰਦੇ ਹਾਂ ਬਾਅਦ 'ਚ, ਭਾਈ ਮੌਤ ਸਭ ਨੂੰ ਆਉਣੀ ਹੈ, ਜੇ ਇੰਨੇ ਗਿਆਨ ਧਰ ਕੇ ਵਾਕਈ ਆ ਗਏ ਫਿਰ ਠੱਗੀਆਂ ਕਿਵੇਂ ਹੋ ਜਾਂਦੀਆਂ? ਫਿਰ ਤੂੰ ਬੁਰੇ ਕੰਮ ਕਿਉਂ ਕਰਦਾ? ਫਿਰ ਅੱਗ ਲਿਆ ਤੂੰ ਫਿਰਦਾ, ਹੰਕਾਰ ਕਰਦਾ, ਕੋਈ ਪਤਾ ਨਹੀਂ ਗੱਲ ਕਰਦੇ ਕਰਦੇ ਗੱਲ ਤੇਰੀ ਪੂਰੀ ਹੋਣੀ ਜਾਂ ਨਹੀਂ? ਪੰਚਤੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਅਨੰਦ ਸੁਣੋ ਵਟ ਭਾਗਿਓ ਸਗਲ ਮਨੋਰਥ ਪੂਰੇ, ਦੁਖ ਲੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਬਿਰੰਗ ਤੇ ਗੁਰੂ ਅਮਰਦਾਸ ਰਾਮਦਾਸ ਦੇ ਹੋਏ ਸਾਜ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਾਇ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜੇ ਡਿੱਠੇ ਸ਼ਬਦ ਕਜਾਏ ਤੇਗ ਬਹਾਦਰ ਸਿਮਰਿਆ ਕਰਨ ਉਹ ਨਿਧ ਆਵਿਤ ਆਏ, ਸਭ ਥਾਈ ਹੋਏ ਸਦਸੇ ਪਾਤਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਬ ਪਿਆਰਿਆਂ ਚੋ ਸਾਹਿਬਜ਼ਾਦਿਆਂ ਚਾਲੇ ਮੁਕਤਿਆਂ ਹੱਟੀਆਂ ਜਪੀਆਂ ਤਪੇ ਰਣਾ ਜਪਿਆ ਵਣ ਛਕਿਆ ਦੇਖ ਚਲਾਏ ਤੇ ਕਵਾਜ ਦੇਖ ਕੇ ਅੰਡ ਕੀਤਾ ਤਿਨਾ ਪਿਆਰੇ ਚਰਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੇਤ ਬੰਦ ਬੰਦ ਘਟਾ ਖੋਪੀਆਂ ਰਹਾਈਆਂ ਚਰਖੀਆਂ ਚਾਹੇ ਤਾਂ ਨਾਰਾਇਣ ਚਰਾਇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੇ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਾਸਾ ਸੰਗਰੀ ਵਾਹੀ ਦਿਨਾਂ ਪਿਆਰੇ ਚਰਨ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸੰਤ ਗੁਰਦਾਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਦ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ।
ਨਾਨਕ ਹਰ ਗੁਣ ਗਾਇਲ ਹੈ ਸਾੜ ਸਗਲ ਜੰਜਾਲ ਸਰਫੈ ਸਰਫੈ ਸਦਾ ਸਦਾ ਹਿਰੈ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਇਸ ਕਰਕੇ ਮੈਂ ਇਸ ਅਸਥਾਨ ਵੱਲੋਂ ਜਿੱਥੇ ਇਸ ਦੂਜੇ ਪਰਿਵਾਰ ਨਾਲ
ਇਸ ਦੁੱਖ ਦੀ ਘੜੀ ਦੇ ਵਿੱਚ ਸਰੀਰ ਹੋਣਾ ਸਮੁੱਚੀਆਂ ਸਿੱਖ ਸੰਗਤਾਂ ਨੂੰ ਕਿਉਂ ਆਇਆ ਵੀ ਆਖਣਾ ਦੋ ਤਿੰਨ ਮਿੰਟ ਦੇ ਵਿੱਚ ਸਮਾਂ ਸਮਾਪਤ ਕਰਕੇ ਆਪਾਂ ਇਸ ਸੰਗਤਾਂ ਨੇ ਚਾਲੀ ਪਾਉਣਾ ਸਾਡੇ ਵਿਚਕਾਰ ਮੈਂਬਰ ਸ਼੍ਰੋਮਣੀ ਕਮੇਟੀ ਜਿੱਥੇ ਦਾ ਬਲਦੇਵ ਸਿੰਘ ਲਿਖੂੰਗਾ ਉਹ ਵੀ ਤੁਹਾਡੇ ਨਾਲ ਦੋ ਤਿੰਨ ਮਿੰਟ ਵਾਸਤੇ ਵਿਚਾਰਬੰਦੀ ਕਰਨਗੇ ਇਸ ਪਰਿਵਾਰ ਨਾਲ ਹਮਦਰਦੀ ਜਾਹਰ ਕਰਨਗੇ। ਇਸ ਪਰਿਵਾਰ ਦੀ ਜਿੱਥੇ ਮੈਂ ਗੱਲ ਕਰਾਂ ਸਰਦਾਰ ਅਰਜਨ ਸਿੰਘ ਜੀ ਇਹਨਾਂ ਦੇ ਤਿੰਨ ਬੇਟੇ ਕਿਸ਼ਨ ਸਿੰਘ ਜੀ ਸਭ ਤੋਂ ਵੱਡੇ ਬਿਸ਼ਨ ਸਿੰਘ ਜੀ ਅਤੇ ਹਾਕਮ ਸਿੰਘ ਜੀ ਦੇ ਸਪੁੱਤਰ ਭਾਈ ਸਰ ਭਾਈ ਪ੍ਰੇਮ ਸਿੰਘ ਜੀ ਪੰਜ ਭੈਣਾਂ ਸੁਖਪਾਲ ਸਿੰਘ ਜੀ ਛੋਟੇ ਭਰਾ ਮਾਤਾ ਸਾਹਿਬ ਕੌਰ ਜੀ ਜੋ ਕਿ ਅੱਜ ਕਰੀਬ 90 ਸਾਲ ਦੀ ਉਮਰ ਦੇ ਵਿੱਚ ਵੀ ਸਾਡੇ ਵਿੱਚ ਹਾਜ਼ਰ ਨੇ। ਪ੍ਰੇਮ ਸਿੰਘ ਜੀ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਹਮ ਉਮਰ ਅਸੀਂ ਪਿੰਡ ਵਿੱਚ ਜਾਣਦੇ ਹਾਂ ਕਿ ਸਮੁੱਚਾ ਜਦੋਂ ਅਸੀਂ ਚੀਨਿਆਂ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਆਮ ਕਰਕੇ ਅਸੀਂ ਚੀਨਿਆਂ ਦੇ ਪਰਿਵਾਰ ਵਜੋਂ ਇਸ ਪਰਿਵਾਰ ਨੂੰ ਜਾਣਦੇ ਹਾਂ। ਨਗਰ ਦੇ ਵਿੱਚ ਕੋਈ ਵੀ ਟੂਰਨਾਮੈਂਟ ਹੋਵੇ ਕੋਈ ਵੀ ਅੱਖਾਂ ਸੰਬੰਧੀ ਕੈਂਪ ਲੱਗਣਾ ਹੋਵੇ ਕੋਈ ਵੀ ਹੋਰ ਮੈਡੀਕਲ ਕੈਂਪ ਲੱਗਣੇ ਹੋਣ ਕੋਈ ਵੀ ਸਮਾਜ ਸੇਵੀ ਕਾਰਜ ਹੋਵੇ ਪਿੰਡ ਦਾ ਤਾਂ ਇਸ ਪਰਿਵਾਰ ਦੀ ਭੂਮਿਕਾ ਅਸੀਂ ਜਾਣਦੇ ਹਾਂ। ਸਰਦਾਰ ਭਗਤ ਸਿੰਘ ਸਾਡੇ ਵਿਚਕਾਰ ਬੈਠੇ ਨੇ ਸਮੁੱਚੇ ਪਰਿਵਾਰ ਨੂੰ ਸਮੁੱਚੇ ਲਾੜੇ ਨੂੰ ਅਸੀਂ ਪਿੰਡ ਦੀ ਸਮਾਜ ਸੇਵਾ ਦੇ ਵਿੱਚ ਇਲਾਕੇ ਦੀ ਸਮਾਜ ਸੇਵਾ ਦੇ ਵਿੱਚ ਤਾਂ ਕਰਕੇ ਅੱਜ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਨਾਲ ਨੇੜਤਾ ਰੱਖਣ ਵਾਲੇ ਇਲਾਕੇ ਦੇ ਨੰਬਰਦਾਰ ਸਾਹਿਬਾਨ ਨੂੰ ਮੈਂ ਵੇਖ ਰਿਹਾ ਨੇੜੇ ਪਿੰਡਾਂ ਤੋਂ ਮਾਲ ਵਿਭਾਗ ਦੇ ਕਿੰਨੇ ਅਧਿਕਾਰੀ ਸਾਡੀ ਭੈਣ ਜਸਵੀਰ ਕੌਰ ਜੀ ਜੋ ਆਉਣ ਵਾਲੀ ਵਰਕਰ ਵਜੋਂ ਕੰਮ ਕਰ ਰਹੇ ਨੇ ਸਾਡੇ ਛੋਟੇ ਵੀਰ ਸਤਵਿੰਦਰ ਸਿੰਘ ਜੀ ਸੋਨਾ ਜੋ ਪ੍ਰੇਮ ਸਿੰਘ ਜੀ ਦੇ ਲੜਕੇ ਨੇ ਭੈਣ ਅਮਰਿੰਦਰ ਕੌਰ ਸਾਰੇ ਚੱਕ ਵਕਤ ਵਾਲਾ ਪਰਿਵਾਰ ਬੈਠਾ ਹੈ ਬਹਾਦਰਪੁਰ ਵਾਲਾ ਪਰਿਵਾਰ ਬੈਠਾ ਉਹਨਾਂ ਦੇ ਬਾਰੇ ਸਾਥੀ ਬੈਠੇ ਹੈ ਸਾਰੇ ਪਰਿਵਾਰ ਅਸੀਂ ਇਸ ਪਰਿਵਾਰ ਨਾਲ ਸਾਂਝਾ ਕਰਨ ਵਾਸਤੇ ਇਕੱਤਰਿਤ ਹੋਏ ਹਾਂ। ਇਸ ਪਰਿਵਾਰ ਦੇ ਬਾਰੇ ਗੱਲ ਹੈ ਕਿ ਸੁਰਿੰਦਰ ਸਿੰਘ ਜੀ ਸੋਨਾ ਜੋ ਕਿ ਸਾਡੇ ਛੋਟੇ ਸੁਪਾਰ ਸਵਰਗਵਾਸੀ ਪ੍ਰੇਮ ਸਿੰਘ ਜੀ ਦੇ ਲੜਕੇ ਨੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਦੇਣ ਹੈ ਆਈ ਟੀ ਯੂ ਦੇ ਸਰਕਲ ਪ੍ਰਧਾਨ ਨੇ ਸਿੱਖਾਂ ਦੀ ਸਮੂਹ ਜਥੇਬੰਦੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਨਿਭਾ ਰਹੇ ਨੇ ਆਪਣੇ ਖੇਤਰ ਦੇ ਵਿੱਚ ਸਾਡੀ ਭੈਣ ਵਿੱਦਿਆ ਖੇਤਰ ਦੇ ਵਿੱਚ ਸੇਵਾ ਨਿਭਾ ਰਹੀ ਹੈ ਉਹਨਾਂ ਦੇ ਨਾਲ ਉਹਨਾਂ ਦੀ ਜਥੇਬੰਦੀ ਦੇ ਨਾਲ ਸੰਬੰਧਿਤ ਭੈਣਾਂ ਇਸ ਸਮਾਗਮ ਵਿੱਚ ਇਕੱਤਰਿਤ ਹੋਈਆਂ ਨੇ ਉਹਨਾਂ ਨੂੰ ਜਿੱਥੇ ਇਸ ਸਥਾਨ ਵੱਲੋਂ ਜੀ ਆਇਆ ਆਖਦੇ ਹਾਂ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ ਵੀ ਜੀ ਆਇਆ ਆਖਦੇ ਹਾਂ। ਮੈਂ ਸਮੁੱਚੇ ਸਟਾਫ ਵੱਲੋਂ ਪ੍ਰਬੰਧਕਾਂ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਰੀਕ ਹੁੰਦਾ ਉਹਨਾਂ ਨੂੰ ਵੀ ਦੋ ਮਿੰਟ ਬਾਅਦ ਆਪ ਸਿੰਘ ਸਰਕਾਰ ਬਜਾਤਰਾ ਜੀ ਕਰਨ ਦਾ ਸੱਦਾ ਦਿੰਦਾ ਉਪਰੰਤ ਖੜਾ ਪਿਆ ਬਹੁਤ ਹੀ ਸਤਿਕਾਰਯੋਗ ਬਲਦੇਵ ਸਿੰਘ ਜੀ ਕਹੂੰਗਾ ਮੈਂਬਰ ਸ਼੍ਰੋਮਣੀ ਕਮੇਟੀ ਆਪ ਕਰਦਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਇਸ ਸਥਾਨ ਦੇ ਉੱਪਰ ਆਪਣੇ ਮੁਬਾਰਕ ਚਰਨ ਪਾ ਕੇ ਇਸ ਸਥਾਨ ਨੂੰ ਸਰਸਬਜ਼ ਕੀਤਾ। ਐਸੇ ਮਹਾਨ ਸਤਿਗੁਰਾਂ ਦੇ ਇਤਿਹਾਸਕ ਸਥਾਨ ਦੇ ਉੱਪਰ ਦੋ ਜਹਾਨ ਦੇ ਬਾਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਬਹੁਤ ਵੱਡੀ ਬੇਨਤੀ ਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ
ਨੰਬਰਦਾਰ ਸਰਦਾਰ ਪ੍ਰੇਮ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ, ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਵਾਸਤੇ, ਉਹਨਾਂ ਦੇ ਲੈਕਸ ਪੁੱਤਰ ਸੁਖਵਿੰਦਰ ਸਿੰਘ ਸੋਨੇ ਦੇ ਨਾਲ ਸਮੁੱਚੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਵਾਸਤੇ ਇਕੱਤਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਮੈਂ ਵਕਤ ਦੇ ਮੁਤਾਬਕ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਾਂ, ਮੈਂ ਤੁਹਾਨੂੰ ਆਤਮਨਿਰਭਰਤਾ ਦੇ ਨਾਲ ਬਾਦਸ਼ਾਹ ਪ੍ਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਅਰਜ਼ ਕਰਦਾ ਜੀ। ਸਾਰੀ ਸੰਗਤ ਗੱਡ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਾਨੂੰ ਕਿ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਆਦਮੀ ਇਸ ਸੰਸਾਰ ਦੇ ਉੱਤੋਂ ਸਰੀਰਕ ਤੌਰ ਦੇ ਉੱਤੇ ਪਰੇ ਹੋ ਜਾਂਦਾ, ਜਿਹਨੂੰ ਅਸੀਂ ਸਵਰਗ ਸਧਾਰ ਗਿਆ, ਡੈਥ ਹੋ ਗਈ, ਮਰ ਗਿਆ, ਕੁਛ ਵੀ ਸ਼ਬਦ ਕਹਿ ਸਕਦੇ, ਫਿਰ ਸਤਿਗੁਰੂ ਅਸੀਂ ਕੀ ਕਰੀਏ, ਲੋਕ ਕੀ ਕਰਨਗੇ। ਫਿਰ ਮਹਾਰਾਜ ਨੇ ਕਿਹਾ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਗੁਰੂ ਜੀ ਕਹਿਣ ਲੱਗੇ, ਸਿੱਖੋ ਜਦੋਂ ਭਾਈ ਕਿਸੇ ਦੀ ਮੌਤ ਹੋ ਜਾਵੇ, ਕੋਈ ਸਰੀਰੀ ਤੌਰ ਦੇ ਉੱਤੇ ਵਿਛੋੜਾ ਦੇ ਜਾਵੇ, ਤੁਸੀਂ ਜਿਵੇਂ ਆਪਾਂ ਸਾਰੇ ਇਕੱਠੇ ਹੋਏ ਇਕੱਠੇ ਹੋਇਓ, ਫਿਰ ਹਰੀ ਜਸ ਕੀਰਤਨ ਕਰਿਓ, ਗੁਰੂ ਦੀ ਗੱਲ ਕਰਿਓ, ਕਥਾ ਵਿਚਾਰਾ ਕਰਿਓ, ਜੋ ਤੁਹਾਨੂੰ ਗੁਰੂ ਨੇ ਕਿਹਾ ਉਹਨੂੰ ਤੁਸੀਂ ਭਲਾ ਕਰਕੇ ਮੰਨੋ। ਉਸ ਮਰਯਾਦਾ ਦੇ ਮੁਤਾਬਕ ਪਹਿਲੋਂ ਕੀਰਤਨ ਕੀਤਾ ਇਸ ਸਥਾਨ ਦੇ ਰਾਗੀ ਕਥੇ ਨੇ, ਫਿਰ ਪੰਥ ਦੇ ਸੋ ਪ੍ਰਸਿੱਧ ਬਹੁਤ ਹੀ ਮਾਨ ਮੱਤੇ ਭਾਈ ਹਰਜਿੰਦਰ ਸਿੰਘ ਜੀ ਮਾਝੀ ਸਾਹਿਬ ਉਹਨਾਂ ਨੇ ਗੁਰ ਸ਼ਬਦ ਵਿਚਾਰ ਤੁਹਾਡੇ ਨਾਲ ਜਾਂ ਇਹ ਗੱਲ ਕਹਿ ਲਈਏ, ਮੌਤ ਦੇ ਬਾਰੇ ਗੁਰਬਾਣੀ ਦੀ ਲੋਅ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਫਿਰ ਅਰਦਾਸ ਵੀ ਆਪਾਂ ਕੀਤੀ, ਸ੍ਰੀ ਗੁਰੂਵਾਕ ਵੀ ਸਰਵਣ ਕੀਤੇ, ਮਨੇਜਰ ਸਾਹਿਬ ਨੇ ਉਸ ਸਮਾਂ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕੀਤੀ। ਸੰਗਤ ਜੀ, ਸੰਸਾਰ ਦੇ ਵਿੱਚ ਅਸੀਂ ਸਾਰਾ ਦਿਨ ਆਵਾਗਮਨ ਕਰਦੇ ਹਾਂ, ਮੈਂ ਆਪਣੇ ਪਿੰਡ ਪੂਰਾ ਨਾਲ ਚੱਲ ਕੇ ਇੱਥੇ ਆਇਆ, ਤੁਸੀਂ ਕਿਸੇ ਨੇ ਢਿਲਵਾਂ ਘਰ ਜਾਣਾ, ਕਿਸੇ ਨੇ ਰਿਸ਼ਤੇਦਾਰ ਨੇ ਦੂਰ ਚਲੇ ਜਾਣਾ, ਉਸ ਜਾਣ ਵਾਸਤੇ ਸਾਰਿਆਂ ਨੇ ਆਪਾਂ ਕੋਈ ਆਪਣੇ ਸਾਧਨ ਲੈ ਕੇ ਆਇਆ, ਕਿਸੇ ਨੇ ਬੱਸ ਦੇ ਵਿੱਚ ਕਿਰਾਇਆ ਲਾਉਣ ਵਾਸਤੇ ਆਪਣੀ ਜੇਬ ਦੇ ਵਿੱਚ ਪੈਸੇ ਵੀ ਪਾਏ ਹੋਏ, ਤਾਂ ਕਿ ਅਸੀਂ ਆਪਣੀ ਮੰਜ਼ਿਲ ਦੇ ਉੱਤੇ ਤਾਂ ਪਹੁੰਚਾਂਗੇ ਜੇ ਸਾਡੇ ਕੋਲ ਕੋਈ ਸਾਧਨ ਜਾਂ ਪੈਸੇ ਹੋਣਗੇ। ਇਹ ਜਿਹੜੀ ਮੰਜ਼ਿਲ ਹੈ, ਇਹ ਕੁਸ਼ਕੋਹਾ ਦੀ ਮੰਜ਼ਿਲ ਹੈ, ਕੋਈ 20 ਮੀਲ ਤੋਂ ਆਇਆ, ਕੋਈ 40 ਕੋਹ ਤੋਂ ਆਇਆ, ਕੋਈ 60 ਕੋਹ 100 ਕੋਹ ਤੋਂ ਆਇਆ। ਮਹਾਰਾਜ ਮਨੁੱਖ ਨੂੰ ਕਹਿੰਦੇ ਉਹ ਮਨੁੱਖਾ, ਇੱਕ ਐਸਾ ਪਿੰਡਾ ਹੈ, ਇੱਕ ਐਸਾ ਰਸਤਾ ਹੈ ਜਿਹਦੇ ਉੱਤੇ ਤੈਂ ਜਾਣਾ ਹੈ, ਉਹ ਜਿਹੜਾ ਰਸਤਾ ਹੈ ਉਹਦੇ ਕੋ ਗਿਣੇ ਹੀ ਨਹੀਂ ਜਾਂਦੇ। ਗੁਰੂ ਜੀ ਕਹਿੰਦੇ, ਜਿਹੇ ਮਾਲਕ ਕੇ ਗਨੇ ਜਾਏ ਨਾ ਕੋਸਾ ਅਮਰੁੱਖ, ਜਿਸ ਪਿੰਡੇ ਦੇ ਉੱਤੇ ਮੈਂ ਹੀਰਲੇ ਸਮੇਂ ਦੇ ਉੱਤੇ ਜਾਣਾ ਹੈ, ਉਹਦੇ ਯਾਰ ਉਹ ਗਿਣੇ ਹੀ ਜਾਂਦੇ, ਉਹ ਪਤਾ ਹੀ ਨਹੀਂ ਕਿੰਨਾ ਲੰਬਾ ਫਾਸਲਾ। ਫਿਰ ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ, ਫਿਰ ਉਹ ਕੋਲ ਚੱਲਣ ਵਾਸਤੇ, ਉਹ ਪਿੰਡੇ ਤੇ ਜਾਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ?
ਫਿਰ ਮਹਾਰਾਜ ਨੇ ਆਪ ਜਵਾਬ ਦਿੱਤਾ ਸਤਿਗੁਰਾਂ ਨੇ ਆਪਣੀ ਅੰਮ੍ਰਿਤਮਈ ਬੋਲਾਂ ਦੇ ਵਿੱਚ। ਮਹਾਰਾਜ ਕਹਿੰਦੇ ਹਰ ਕਾ ਨਾਮ ਊਹਾ ਸੰਗ ਤੋਸਾ। ਤੋਸਾ ਸ਼ਬਦ ਇੱਕ ਸਾਡਾ ਇਹ ਬੜਾ ਟ੍ਰਿਪੀਕਲ ਜਿਹਾ ਇੱਕ ਸ਼ਬਦ ਹੈ ਇਹ ਪੰਜਾਬੀ ਦਾ। ਅੱਗੇ ਆਪ ਸਾਡੀਆਂ ਮਾਈਆਂ ਕਹਿ ਦਿੰਦੀਆਂ ਸੀ ਤੋਸਾ ਬਣਾਉਣਾ, ਜਾਂ ਆਪਾਂ ਕਹਿ ਲਓ ਰੋਟੀ ਬਣਾਉਣੀ ਸਿੱਧੇ ਸ਼ਬਦਾਂ ਦੇ ਵਿੱਚ। ਗੁਰੂ ਜੀ ਕਹਿੰਦੇ ਉਸ ਮਾਰਗ ਦੇ ਉੱਤੇ ਜਾਣ ਵਾਸਤੇ ਤੈਨੂੰ ਪਰਮੇਸ਼ਵਰ ਦਾ ਨਾਮ ਜਪਣਾ ਪਊ ਸਿੱਖਾ, ਗੁਰਮੁਖਾ ਤੈਨੂੰ ਭਗਤੀ, ਤੈਨੂੰ ਪਰਮੇਸ਼ਵਰ ਦਾ ਨਾਮ ਜਪਣਾ ਪਊ। ਫਿਰ ਅਗਲੀ ਵਾਰ ਮਹਾਰਾਜ ਨੂੰ ਫਿਰ ਪੁੱਛਦੇ ਨੇ ਸੱਚੇ ਪਾਤਸ਼ਾਹ ਸਹਾਇਤਾ ਕੌਣ ਕਰੂ, ਮੈਂ ਬੜਾ ਕੰਮ ਕੀਤਾ ਸੰਸਾਰ ਦੇ ਵਿੱਚ, ਮੈਂ ਬੜਾ ਪੈਸਾ ਪੈਦਾ ਕੀਤਾ, ਮੇਰੀ ਬੜੀ ਸ਼ੋਹਰਤ ਹੈ, ਮੇਰੇ ਪੁੱਤਰ ਦੀਆਂ ਵਾਸਤੇ ਮੈਂ ਬਹੁਤ ਕੁਛ ਕੀਤਾ। ਗੁਰੂ ਜੀ ਕਹਿੰਦੇ ਜਹਿ ਮਾਤ ਪਿਤਾ ਅਸ ਉਮੀਦ ਨਾ ਪਾਏ। ਕਹਿੰਦੇ ਨੋ, ਨਾ ਮਾਂ, ਨਾ ਪਿਓ, ਨਾ ਪਿਤਾ, ਨਾ ਪੁੱਤਰ, ਨਾ ਕੋਈ ਰਿਸ਼ਤੇਦਾਰ, ਨਾ ਦੋਸਤ, ਜਹਿ ਮਾਤ ਪਿਤਾ ਅਸ ਉਮੀਦ ਨਾ ਪਾਏ। ਨਾਮ ਸੰਗ ਤੇਰਾ ਸਹਾਇ, ਕਹਿੰਦੇ ਉੱਥੇ ਤੇਰਾ ਨਾਮ ਦੀ ਜਿਹੜਾ ਸਹਾਇਤਾ ਕਰੀ ਪਰਮੇਸ਼ਵਰ ਦੇ ਨਾਮ ਨੇ ਕਰਨੀ ਹੈ। ਇਹ ਸੰਗਤ ਜੀ ਗੁਰੂ ਮਹਾਰਾਜ ਦਾ ਬੋਲ, ਜਿਨ੍ਹਾਂ ਦੇ ਸਥਾਨ ਦੇ ਉੱਤੇ ਆਪਾਂ ਬੈਠਦੇ ਹਾਂ, ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬੜਾ ਸੁਖੈਨ ਖੁਲਾਸਾ ਕਰਦੇ ਨੇ। ਗੁਰੂ ਜੀ ਕਹਿੰਦੇ ਚੇਤਨਾ ਹੈ ਲੋਕ ਚੇਤ ਲੈ ਦਿਸ ਦਿਨ ਮੈਂ ਪ੍ਰਾਣੀ, ਸ਼ਿਰਸ਼ਨ ਔਤ ਵਿਹਾਤ ਹੈ ਉੱਤੇ ਘੱਟ ਜਾਉ ਪਾਣੀ। ਕਿੰਨੀ ਸੌਖੀ ਉਦਾਹਰਨ ਹੈ, ਖੇਤਾਂ ਦੇ ਵਿੱਚ ਘੜੇ ਰੱਖ ਦਿੰਦੇ ਆਪਾਂ ਜ਼ਿਮੀਦਾਰ, ਘੜਾ ਜਿਹੜੇ ਕੱਚੇ ਘੜੇ ਹੁੰਦੇ ਆ, ਪਿੱਲੇ ਘੜੇ ਹੁੰਦੇ ਆ, ਉਹ ਪਾਣੀ ਦਾ ਭਰਦੇ ਹੋ, ਪਾਣੀ ਸਾਰਾ ਦੇ ਖਿਸਕ ਜਾਂਦਾ, ਖਾਲੀ ਹੋ ਜਾਂਦਾ। ਜਾਂ ਇਹ ਗੱਲ ਕਹਿ ਲਈਏ ਵੀ ਟੁੱਟੇ ਹੋਏ ਬਰਤਨ ਦੇ ਵਿੱਚ ਪਾਇਆ ਹੋਇਆ ਪਾਣੀ, ਉਹਦੀ ਤਵੱਕੋ ਨਹੀਂ ਕੀਤੀ ਜਾ ਸਕਦੀ ਵੀ ਇਹ ਬਹੁਤ ਚਿਰ। ਮਾਰਗ ਕਹਿੰਦੇ ਤੇਰੇ ਸਰੀਰ ਦੇ ਵਿੱਚ ਵੀ ਸਵਾਸਾਂ ਰੂਪੀ ਜਿਹੜਾ ਪਾਣੀ ਪਾਇਆ, ਇਹ ਤੁਰਕਾ ਤੁਰਕਾ 24,000 ਸਵਾਸ ਸੰਗਤ ਦੀ ਆਪਾਂ 24 ਘੰਟਿਆਂ ਦੇ ਵਿੱਚ ਲੈ ਲੈਂਦੇ, 24,000 ਸਵਾਸ ਖਾਰਜ ਹੋ ਗਏ। ਹਰ ਜਿਹੜਾ ਜਿਹੜਾ ਹਰ ਸਵਾਸ ਹੈ, ਇਹ ਸਮਝੋ ਅਸੀਂ ਮੌਤ ਵੱਲ ਨੂੰ ਵਾਧੇ ਹੋਏ ਕਰ ਰਹੇ। ਮਹਾਰਾਜ ਬਹੁਤ ਵੱਡੀ ਵੱਡੀ ਉਦਾਹਰਨ ਦਿੰਦੇ ਨੇ ਇਸੇ ਬਾਰੇ। ਮਹਾਰਾਜ ਕਹਿੰਦੇ ਇੱਕ ਮਾਤਾ ਨੇ ਆਪਣੀ ਗੋਦੀ ਦੇ ਵਿੱਚ ਆਪਣੇ ਪੁੱਤਰ ਨੂੰ ਪਾਇਆ ਹੋਇਆ ਹੈ। ਮਾਂ ਬੜੀ ਖੁਸ਼ ਹੈ ਕਿ ਮੇਰਾ ਪੁੱਤਰ ਇਹ ਜਵਾਨ ਹੋਇਆ। ਅੱਜ ਵੀ ਤਾਂ ਮਾਂ ਦੇ ਮਨ ਦਾ ਇਹ ਕਹੂ ਵੀ ਮਾਂ ਬੈਠੀ ਹੋਵੇ, ਪੁੱਤਰ ਚਲਾ ਜਾਵੇ, ਇਹ ਮਾਂ ਦਾ ਜਿੰਦਾ ਹੀ ਗੱਲ ਨੂੰ ਮਹਿਸੂਸ ਕਰ ਸਕਦਾ, ਇਹ ਸਿਰਫ ਮਾਂ ਹੀ ਮਹਿਸੂਸ ਕਰ ਸਕਦੀ। ਮਹਾਰਾਜ ਕਹਿੰਦੇ ਜਨਨੀ ਜਨਮ ਸੁਧ ਬੜਾ ਹੋਤ ਹੈ। ਮਾਂ ਨੇ ਕਹਿੰਦੇ ਰੁਕੜ ਚ ਪਾਇਆ ਹੋਇਆ ਪੁੱਤ, ਉਹਨੂੰ ਮਤਾਓ, ਉਹਨੂੰ ਲੋਰੀ ਦਿੰਦੀ ਹੋ ਤੁਸੀਂ। ਗੁਰੂ ਜੀ ਨੂੰ ਹੋਰ ਢੰਗ ਨਾਲ ਸਾਨੂੰ ਸਹੀ ਢੰਗ ਨਾਲ ਸਮਝਾਉਂਦੇ, ਸਾਡੀ ਸੋਚ ਸੀ ਜਿਹੜੀ ਬੋਝ ਸੀ। ਮਹਾਰਾਜ ਕਹਿੰਦੇ ਭੋਲੀ ਮਾਂ ਤੂੰ ਗਿਣਤੀ ਕਰਦੀ ਆਪਦੇ ਪੁੱਤ ਦੀ ਉਮਰ ਦੀ, ਕਹਿੰਦੇ ਤੈਨੂੰ ਇਸ ਗੱਲ ਦਾ ਨੀ ਪਤਾ ਹੈ ਇਹਦੀ ਦਿਨ ਦਿਨ ਔਰ ਘਟਦੀ ਜਾਂਦੀ ਹੈ। ਜੋ ਸਵਾਸ ਮੈਂ ਦਿੱਤੇ ਸੀ ਇਹਨੂੰ, ਜਿੰਨਾ ਮੈਂ ਜੀਵਨ ਉਹਨੂੰ ਦਿੱਤਾ ਸੀ, ਹਰ ਸਵਾਸ ਉਹਦੇ ਚੋਂ ਮਨ ਵੀ ਹੋ ਰਿਹਾ ਘਟਦਾ ਤੁਰਿਆ ਜਾ ਰਿਹਾ। ਪਰਮਉਪਕਾਰ ਮੌਤ ਸਭ ਨੂੰ ਆ ਜਾਣੀ। ਬੜੇ ਪਰਮ ਮਿੱਤਰ ਸਰਦਾਰ ਪ੍ਰੇਮ ਸਿੰਘ ਜੀ ਲੰਬਰਦਾਰ ਮੈਨੇਜਰ ਸਾਹਿਬ ਨੇ ਵੀ ਗੱਲ ਕੀਤੀ ਹੈ, ਅਸੀਂ ਨਾ ਚਾਹੁੰਦਿਆਂ ਹੋਇਆ ਵੀ ਮੈਂ ਜ਼ਰੂਰ ਮਾਝੀ ਸਾਹਿਬ ਮੇਰੀ ਇੱਛਾ ਹੁੰਦੀ ਹੈ ਵੀ ਮੈਂ ਕ੍ਰਿਟੀਕਲ ਗੱਲ ਨਾ ਕਰਾਂ, ਪਰ ਕਰਾਂ ਕੀ ਜੀ, ਦੋ ਵਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਬਖਸ਼ੀ ਹੈ, ਸਰਦਾਰ ਪ੍ਰੇਮ ਸਿੰਘ ਮੁਢਲੀਆਂ ਸਭਾਵਾਂ ਦੇ ਵਿੱਚ ਖੜਾ ਹੁੰਦਾ ਸੀ, ਅਤੇ ਗੱਲ ਸਰ ਕਰਨੀ ਪੈ ਜਾਂਦੀ ਹੈ ਸਾਨੂੰ, ਅਸੀਂ ਪੋਲੀਟੀਕਲ ਵੀ ਹਾਂ ਥੋੜ੍ਹੇ ਬਹੁਤ। ਸਾਡਾ ਮਿੱਤਰ ਸੀ ਸਰਦਾਰ ਪ੍ਰੇਮ ਸਿੰਘ, ਮੇਰੇ ਚਾਚਾ ਜੀ ਬਾਹਰ ਬੈਠੇ, ਸਰਦਾਰ ਚਰਨਜੀਤ ਸਿੰਘ ਮਾਰਕਫੈਡ ਦੇ ਇੰਸਪੈਕਟਰ ਸਾਹਿਬ ਨੇ ਜਿਹੜੇ ਉਹਨਾਂ ਨੇ, ਜਦੋਂ ਪਹਿਲੀ ਇਲੈਕਸ਼ਨ ਹੋਈ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਪ੍ਰੇਮ ਸਿੰਘ ਲੰਬਰਦਾਰ ਨੂੰ ਜਾ ਕੇ ਮਿਲਿਓ, ਹੋਰ ਵੀ ਸਾਰਿਆਂ ਨੂੰ ਤਾਂ ਜਿਹੜੇ ਅਕਾਲੀ ਦਲ ਦੇ ਨੁਮਾਇੰਦੇ ਸੀ ਉਹਨਾਂ ਨੂੰ ਤਾਂ ਮੇਰਾ ਸਿੱਧਾ ਰਾਬਤਾ ਸੀ।
ਮੈਂ ਇਹਨਾਂ ਦੇ ਘਰੇ ਗਿਆ ਸੀ, ਮੈਨੂੰ ਸਾਰਾ ਸਮਾਂ ਯਾਦ ਹੈ ਜਿਹੜਾ ਮੈਨੂੰ ਉਹਨਾਂ ਨੇ ਪਿਆਰ ਦਿੱਤਾ ਸੀ। ਸੰਗਤ ਜੀ ਸਾਰਿਆਂ ਨੇ ਚਲੇ ਜਾਣਾ, ਮਹਾਰਾਜ ਕਹਿੰਦੇ ਪਿਛੋੜਾ ਸਰਨਾ, ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਭਰਾ ਵਜੋਂ ਸੰਸਾਰ ਚਲਿਆ ਜਾ ਰਿਹਾ, ਸੱਚ ਕਰਕੇ ਜਾਣਿਓ। ਸਭ ਦਾ ਕਿਸੇ ਨਾ ਕਿਸੇ ਨੂੰ, ਚਾਹੇ ਕੋਈ ਸਾਡਾ ਹੋਵੇ ਚਾਹੇ ਕਿਸੇ ਦਾ ਸਾਡੇ ਨਾਲ ਸੰਬੰਧ ਨਾ ਹੋਵੇ, ਹਰੇਕ ਬੰਦੇ ਦਾ ਕਿਸੇ ਨਾਲ ਪਿਆਰ ਹੁੰਦਾ। ਉਹਦੀ ਮੌਤ ਕਿਤੇ ਨਾ ਕਿਤੇ ਉਹ ਦੁਖਦਾਈ ਹੁੰਦੀ ਹੈ, ਸੱਚੀ ਮਿੱਚੀ ਜਾ ਕੇ ਮਹਿਸੂਸ ਕਰਨ ਵਾਲੀ ਗੱਲ ਹੈ। ਜਿਹਨਾਂ ਦੇ ਮਾਵਾਂ ਨੇ ਉਹ ਮਹਿਸੂਸ ਕਰੋ ਵੀ ਜੇ ਬੱਚਾ ਲੇਟ ਹੋ ਜਾਏ, ਇੱਕ ਮਾਂ ਹੈ ਜਿਹੜੀ ਇੰਤਜ਼ਾਰ ਕਰਦੀ ਹੈ। ਮੈਂ ਬਹੁਤ ਵਾਰ ਕਹਿੰਦਾ ਹੁੰਦਾ ਜੀ, ਬੱਚੇ ਇੰਤਜ਼ਾਰ ਨਹੀਂ ਕਰਦੇ, ਸਾਡੀ ਔਰਤ ਇੰਤਜ਼ਾਰ ਨਹੀਂ ਕਰਦੀ, ਬਾਹਰ ਕੇ ਮਨੁੱਖ ਦੀ ਇੰਤਜ਼ਾਰ ਕੌਣ ਕਰਦਾ, ਮਾਂ ਕਰਦੀ ਹੈ ਜਾਂ ਬਾਪ ਕਰਦਾ। ਅਤੇ ਮਾਵਾਂ ਦੇ ਕੋਲ ਜਦੋਂ ਪੁੱਤਰ ਚਲੇ ਜਾਣ ਉਹਨਾਂ ਨੇ ਬੈਠਿਆਂ ਤੋਂ, ਮਾਵਾਂ ਵਾਸਤੇ ਯਾਰ ਪੁੱਤਰ ਕਦੇ ਛੋਟੇ ਛੁੱਟੇ ਹੋਏ, ਮਾਵਾਂ ਦੇ ਤਾਂ ਬੱਚੇ ਹੀ ਹੁੰਦੇ ਨੇ, ਇਹ ਔਖੀਆਂ ਗੱਲਾਂ, ਇਹ ਮਾਂ ਹੀ ਕਰ ਸਕਦੀ ਹੈ। ਬਹੁਤ ਪਿਆਰਾ ਸੱਜਣ ਸਰਦਾਰ ਪ੍ਰੇਮ ਸਿੰਘ ਜੀ ਲੰਬਰਦਾਰ ਸਾਹਿਬ, ਉਹ ਸਾਡੇ ਮੁੱਖੋਂ ਚਲੇ ਗਏ ਨੇ। ਲੈਕਸ ਪੁੱਤਰ ਸਤਵਿੰਦਰ ਸਿੰਘ ਸੋਨਾ, ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਆਈ ਟੀ ਵਿੰਗ ਦਾ ਉਹ ਇੱਥੋਂ ਜਿਹੜਾ ਹੈ ਪ੍ਰਤੀਨਿਧਤਾ ਵੀ ਕਰਦਾ ਹੈ। ਮੈਂ ਜਿੱਥੇ ਵਿਅਕਤੀਗਤ ਤੌਰ ਦੇ ਉੱਤੇ, ਜਾਤੀ ਤੌਰ ਦੇ ਉੱਤੇ ਸਰਦਾਰ ਪ੍ਰੇਮ ਸਿੰਘ ਦੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨਾ ਜੀ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਬਲਬੀਰ ਸਿੰਘ ਜੀ ਭੁੰਨਰ ਸਾਹਿਬ ਵੱਲੋਂ, ਜਿਹੜੇ ਇਸ ਇਲਾਕੇ ਦੇ ਜਿਹਨਾਂ ਨੇ ਬੜਾ ਸਨਮਾਨਿਤ ਤੌਰ MLA ਸੇਵਾ ਕੀਤੀ ਹੈ, ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਾ। ਅਤੇ ਮੈਂ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ, ਜਿੱਥੇ ਸਾਡੇ ਸਾਨੂੰ ਇਹ ਜਿਵੇਂ ਭਾਈ ਸਾਹਿਬ ਹੋਰੇ ਕਹਿੰਦੇ ਸੀ, ਸਾਨੂੰ ਇਹ ਮਤ ਆਵੇ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਸਕੀਏ, ਉੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਕਿ ਅਸੀਂ ਬੋਲਣ ਵਾਲੇ, ਪ੍ਰਚਾਰ ਕਰਨ ਵਾਲੇ ਇਹ ਗੱਲ ਕਹਿੰਦੇ ਹਾਂ ਕਿ ਨੌਜਵਾਨ ਗਲਤ ਪਾਸੇ ਜਾ ਰਹੇ ਨੇ, ਸਾਡੇ ਬੱਚੇ ਗਲਤ ਪਾਸੇ ਜਾ ਰਹੇ ਨੇ। ਮੈਂ ਉਹਨਾਂ ਬਾਪੂਆਂ ਨੂੰ ਜ਼ਰੂਰ ਹੱਥ ਬੰਨ ਕੇ ਬੇਨਤੀ ਕਰੂੰ ਕਿ ਬੱਚਿਆਂ ਦੇ ਅਸੀਂ ਰੋਲ ਮਾਡਲ ਬਣੀਏ, ਅਸੀਂ ਪਹਿਲਾਂ ਆਪ ਅੰਮ੍ਰਿਤ ਛਕ ਲਈਏ, ਫਿਰ ਅਸੀਂ ਜ਼ਰੂਰ ਜਿਹੜਾ ਸੰਗਤ ਜੀ ਬੱਚਿਆਂ ਨੂੰ ਅਸੀਂ ਕਹਿ ਦਿਆਂਗੇ ਵੀ ਪਹਿਲਾਂ ਅੰਮ੍ਰਿਤ ਛਕ ਲੈ। ਹੁਣ ਦੇਖੋ ਅੰਮ੍ਰਿਤ ਛਕੇ ਬਿਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਕੂਲ ਦੇ ਵਿੱਚ ਮਿੱਤਰੋ ਹਾਜ਼ਰੀ ਲੱਗ ਹੀ ਨਹੀਂ ਸਕਦੀ, ਇਹਨਾਂ ਦਾ ਮੁੱਢਲਾ ਦਾਖਲਾ ਹੀ ਫੇਰ ਹੁੰਦਾ ਵੀ ਅੰਮ੍ਰਿਤ ਛਕਣਾ ਪਿਆ। ਅੰਮ੍ਰਿਤ ਅਸੀਂ ਛਕਦੇ ਨਹੀਂ ਜੀ, ਜਿਸ ਪਿੰਡ ਦੇ ਵਿੱਚ ਜਾਂ 9-10 ਮਹੀਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਲੱਗ ਜਾਣ, ਸਤਿਗੁਰੂ ਨਜ਼ਰ ਮਾਰ ਲੈਣ ਦੇ ਯਾਰ, ਉੱਥੇ ਸਰਸਬਜ਼ ਹੋ ਜਾਂਦੀਆਂ ਦੁਨੀਆਂ। ਇੱਥੇ 9-9.5 ਮਹੀਨੇ ਦੇ ਕਰੀਬ ਸਤਿਗੁਰੂ ਗੁਰੂ ਤੇਗ ਬਹਾਦਰ ਰਹੇ ਧਰਮਾਂ ਵਾਲੇ ਤੁਹਾਡੇ ਪਿੰਡ 'ਚ, ਗੁਰੂ ਜੀ ਕਹਿੰਦੇ ਨੇ ਤਿੰਨ ਕੋ ਕਿਆ ਦੇਸੀਆ ਜੇ ਗੁਰੂ ਨਾਨਕ ਦੇਵ, ਤੁਹਾਨੂੰ ਮੇਰੇ ਵਰਗਾ ਆਪਣਾ ਮਨੁੱਖ ਕੀ ਸਮਝਾਵਾਂ, ਤੁਹਾਨੂੰ ਮੈਂ ਕੀ ਉਪਦੇਸ਼ ਕਰਾਂ। ਡਿਊਟੀ ਬਣਦੀ, ਡਿਊਟੀ ਮੈਂਬਰ SGPC ਡਿਊਟੀ ਸੀ, ਉਹਦੇ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਖੜੋ ਕੇ ਮੇਰੇ ਰੰਗਲੇ ਸੱਜਣ ਦੀਆਂ ਸਰਦਾਰ ਪ੍ਰੇਮ ਸਿੰਘ ਲੰਬਰਦਾਰ ਸਾਹਿਬ ਦੀਆਂ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ। ਮੈਂ ਇਹ ਵੀ ਗੱਲ ਕਹਿਣਾ ਹੁੰਦਾ ਵੀ ਸਾਡੇ ਬੰਦੇ ਕਹਿੰਦੇ ਕੱਲ੍ਹ ਜਦੋਂ ਮੈਂ ਬੈਠਾ ਹੁੰਦਾ ਬਾਜੀ ਸਾਹਿਬ ਦਾ, ਸਤਿਗੁਰ ਨੇ ਜਿੰਨਾ ਉਮਰ ਦਿੱਤੀ ਹੈ ਉਨੀ ਅਸੀਂ ਇੱਥੇ ਕਰਕੇ ਨਹੀਂ ਜਾਣੀ ਹੈ। ਮੈਂ ਅਖੀਰ ਦੇ ਵਿੱਚ ਆਪਣੇ ਵੱਲੋਂ ਬਤੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਨਾਤੇ ਅਤੇ ਜਾਤੀ ਤੌਰ ਦੇ ਉੱਤੇ ਸਰਦਾਰ ਪ੍ਰੇਮ ਸਿੰਘ ਜੀ ਲੰਬਰਦਾਰ ਸਾਹਿਬ ਦੇ ਸਮੁੱਚੇ ਪਰਿਵਾਰ ਦੇ ਨਾਲ, ਉਹਨਾਂ ਦੇ ਲੈਕਸ ਪੁੱਤਰ ਦੇ ਨਾਲ, ਸਾਰੇ ਭਾਈ ਭਤੀਜਿਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਾ, ਸਾਰਿਆਂ ਅਰਦਾਸ ਕੀਤੀ ਹੈ। ਮੇਰੀ ਵੀ ਇਹ ਕਾਮਨਾ, ਮੇਰੀ ਵੀ ਇਹ ਦਿਲੀ ਇੱਛਾ ਵੀ ਸਤਿਗੁਰੂ ਤੁਸੀਂ ਕਿਰਪਾ ਕਰਿਓ, ਚੜ੍ਹਦੀ ਕਲਾ ਆਤਮ ਸੰਪੰਨ ਪਰਿਵਾਰ ਹੈ, ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਸਿੱਖੀ ਦੀ ਬਖਸ਼ਿਸ਼ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਇਹ ਮੇਰੀ ਸੰਗਤ ਦੀ ਅਰਦਾਸ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜ਼ਰੂਰ, ਮੈਂ ਸਮਝਦਾ ਵੀ ਜ਼ਰੂਰ ਸਾਡੇ ਉੱਤੇ ਕਿਰਪਾ ਕਰਨਗੇ ਜੀ।
ਬੜੀਆਂ ਸਤਿਕਾਰ ਜਿਹੜੀਆਂ ਸ਼ਖਸੀਅਤਾਂ ਨੇ ਮੈਨੂੰ ਲਈ ਇਸ ਲਿਪ ਵੀ ਭੇਜੀ ਹੈ। ਰਵਿੰਦਰ ਸਿੰਘ ਜੀ ਸਾਬਕਾ ਐਮ ਪੀ ਸਾਹਿਬ ਜਿਹੜੇ ਹੈ ਕਨੇਡਾ ਤੋਂ, ਉਹਨਾਂ ਦਾ ਨਾਂ ਜੀ ਵੀ ਸੰਜੀਵ ਸ਼ੌਰੀ ਪ੍ਰਧਾਨ ਹੈ ਜੀ, ਮਿਊਂਸਪਲ ਕਮੇਟੀ ਦਾ ਬਰਨਾਲੇ ਦਾ, ਅਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਵੀ ਹੈ ਜੀ, ਸ਼੍ਰੀ ਭਾਰਤ ਭੂਸ਼ਣ ਮੈਨਨ ਜੀ ਜਿਹੜੇ ਕਾਂਗਰਸੀ ਲੀਡਰ ਨੇ ਅਤੇ ਐਡਵੋਕੇਟ ਨੇ, ਉਹਨਾਂ ਦਾ ਵੀ ਮੈਨੂੰ ਨਾਂ ਲਿਖ ਕੇ ਭੇਜਿਆ, ਮੈਂ ਉਹਨਾਂ ਦਾ ਵੀ ਨਾਂ ਪਾਉਣਾ। ਹੋਰ ਵੀ ਬਹੁਤ ਸਰਦਾਰ ਅਮਰਜੀਤ ਸਿੰਘ ਸਰਪੰਚ ਸਾਹਿਬ ਵਾਲੇ, ਹੋਰ ਵੀ ਮੈਂ ਨਾਂ ਲੈਣ ਲੱਗਿਆ ਨਾ ਸੰਗਤ ਜੀ, ਫਿਰ ਬਹੁਤ ਜ਼ਿਆਦਾ ਮੈਨੂੰ ਨਾਂ ਲੈਣੇ ਪੈਣਗੇ। ਰਣਜੀਤ ਸਿੰਘ ਚੇਅਰਮੈਨ, ਤੁਹਾਡਾ ਆਪਦਾ ਬੱਚਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਤੁਹਾਡੇ ਪਿੰਡ ਦੇ ਮੌਜੂਦਾ ਸਰਪੰਚ, ਪੰਚ ਸਾਬਕਾ ਸਰਪੰਚ, ਕਾਕਾ ਜੀ ਸਾਹਿਬ ਦਸੂਰੀ, ਸਾਰੇ ਬਹੁਤ ਤੁਸੀਂ ਵੱਡੀ ਗਿਣਤੀ, ਬੜੇ ਮਾਣ ਮੁੱਦੇ, ਜਿੰਨੇ ਵੀ ਤੁਸੀਂ ਬੈਠੇ ਹੋ ਲੰਬਰਦਾਰ ਪਰਿਵਾਰ ਦੇ ਲਈ, ਤੁਸੀਂ ਸਾਰੇ ਬੜੇ ਮਾਣ ਵਾਲੇ, ਬਹੁਤ ਹੀ ਸਤਿਕਾਰੇ ਪਿਆਰੇ ਹੋ, ਤੁਹਾਡਾ ਮੈਂ ਸਾਰਿਆਂ ਦਾ ਬਹੁਤ ਬਹੁਤ ਪਰਿਵਾਰ ਵੱਲੋਂ ਧੰਨਵਾਦ ਕਰਦਾ ਜੀ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜੀ, ਸਾਰਿਆਂ ਨੂੰ ਬੇਨਤੀ ਵੀ ਕਰਨਾ ਵੀ ਲੰਗਰ ਪਾਣੀ ਛੱਕ ਕੇ ਸਾਰਿਆਂ ਦੇ ਜਾਣ ਦੀ ਕਿਰਪਾਲਤਾ ਕਰਨੀ, ਅਤੇ ਸ਼ੇਰ ਧੰਨਵਾਦ ਕਰਦਾ ਪਿਆ, ਮੈਂ ਫੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਪਿਆ, ਅਤੇ ਕਬੀਰ ਸਾਹਿਬ ਦੇ ਅਰਦਾਸ ਰੂਪੀ ਸ਼ਬਦ ਨਾਲ ਆਪਣੀ ਬੇਨਤੀ ਸਮਾਪਤ ਕਰਦਾ। ਹਾਂਜੀ, ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਜੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ਮਣ ਦੇਖੋ, ਬਹੁਤ ਨਾ ਭਾਉ ਜਲ ਪੇਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇੱਧਰ ਬਲਦੇਵ ਸਿੰਘ ਜੀ, ਕਿਉਂਕਿ ਮੈਂ ਸ਼੍ਰੋਮਣੀ ਕਮੇਟੀ ਜਿਵੇਂ ਉਹਨਾਂ ਨੇ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਪਹੁੰਚੀਆਂ ਗੁਰਮੁਖ ਦੀ ਹਾਰੀ ਲਗਵਾ ਦਿੱਤੀ ਹੈ, ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਆ ਕੇ ਸੰਗਤ ਮਸਤਕ ਹੋ ਜਾਂਦੇ ਆ, ਸਾਡੀ ਹਾਜ਼ਰੀ ਦਾ ਬੇਨਤੀ ਹੈ। ਫਿਰ ਵੀ ਕਾਫੀ ਸ਼ਖਸੀਅਤ ਆਏ ਇਸ ਪਰਿਵਾਰ ਨਾਲ, ਜਿਹੜੀਆਂ ਬਹੁਤ ਵਾਰ ਸ਼ਖਸੀਅਤਾਂ ਨੇ ਆ ਕੇ ਗਈਆਂ ਨੇ ਜਾਂ ਹਾਜ਼ਰ ਬੈਠੀਆਂ ਨੇ, ਉਹਨਾਂ ਦੀ ਹਾਜ਼ਰੀ ਜਿਹਨਾਂ ਵਿੱਚ ਅਮਰਜੀਤ ਸਿੰਘ ਜੀ ਬੈਠੇ ਹੈ, ਸਰਪੰਚ ਸਰਪੰਚ ਸਰਦਾਰ ਸੁਖਦੇਵ ਸਿੰਘ ਜੀ ਹਾਜ਼ਰ ਬਾਕੀ ਚਲੇ ਗਏ ਨੇ, ਸਾਡੇ ਪਿੰਡ ਦੇ ਹੋਰ ਮੌਜੂਦਾ ਸਾਹਿਬ ਆਪਾਂ ਸਰਪੰਚ ਸਾਹਿਬ ਬੈਠੇ ਨੇ, ਸਾਰਿਆਂ ਦੀ ਹਾਜ਼ਰੀ ਦਾ ਸਤਿਕਾਰ ਹੁੰਦਾ ਹੈ। ਅਤੇ ਨਾਲ ਹੀ ਨੰਬਰਦਾਰ ਯੂਨੀਅਨ ਵੱਲੋਂ ਤਪਾ ਧਨੌਲਾ ਮਹਿਲਪੁਰਾ ਬਰਨਾਲਾ, ਇਹਨਾਂ ਯੂਨੀਅਨ ਵੱਲੋਂ ਸਾਡੇ ਸਤਿਕਾਰਯੋਗ ਨੇਤਾ ਸਮਾਨ ਪ੍ਰੇਮ ਸਿੰਘ ਜੀ ਦੇ ਸਵਰਗ ਵਸਣ ਤੋਂ ਉਪਰੰਤ, ਸਾਡੇ ਵੀਰ ਸਤਵਿੰਦਰ ਸਿੰਘ ਸੋਨਾ ਜੀ ਨੇ ਜੋ ਪਗੜੀ ਦੀ ਰਸਮ ਹੁੰਦੀ ਹੈ ਦਰਬਾਰ ਸਾਹਿਬ ਤੋਂ ਬਾਅਦ ਲੰਗਰ ਵਾਲੇ ਪਾਸੇ ਇਸ ਸਮਾਗਮ ਦੀ ਸਮਾਪਤੀ ਤੋਂ ਬਾਅਦ ਹੋਣੀ ਹੈ। ਸਾਰੇ ਸਤਸੰਗਤਾਂ ਦੀ ਫਿਰ ਜੀਆਂ ਕੜਾ ਪ੍ਰਸ਼ਾਦੀ ਦੀ ਵਰਤ ਰਹੀ ਹੈ, ਉਪਰੰਤ ਜਿਹਨਾਂ ਸੰਗਤਾਂ ਨੇ ਅਜੇ ਤੱਕ ਪ੍ਰਸ਼ਾਦਾ ਪਾਣੀ ਨਹੀਂ ਸਕਿਆ, ਲੋੜ ਮੁਤਾਬਕ ਗੁਰੂ ਘਰ ਤੋਂ ਛੱਕ ਕੇ ਜਾਣੇ, ਸਾਰੇ ਸੰਗਤਾਂ ਦਾ ਫਿਰ ਬਹੁਤ ਬਹੁਤ ਧੰਨਵਾਦ। ਸਮੁੱਚਾ ਸਿੱਖ ਸੰਗਤਾਂ ਨੂੰ ਮੈਂ ਵੀਰ ਬੇਨਤੀ ਹੈ ਕਿ ਆਓ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਦੀ ਬਾਣੀ ਦੇ ਹਾਜ਼ਰ ਨਾਲ ਜੁੜੀਏ, ਤਾਂ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ 'ਤੇ ਸਾਡਾ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।